ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਦਾ ਸਭ ਤੋਂ ਭਰੋਸੇਮੰਦ ਨਿਊਜ਼ ਚੈਨਲ ਇੰਡੀਆ ਨਿਊਜ਼ ਪੰਜਾਬ 'ਤੇ। ਅੱਜ ਮੁੱਦੇ ਦੇ ਵਿੱਚ ਗੱਲ ਕਰਾਂਗੇ ਸੂਬੇ ਦੀ ਸਿੱਖਿਆ ਦੀ, ਸਿੱਖਿਆ ਪ੍ਰਣਾਲੀ ਦੀ, ਸਿੱਖਿਆ ਦੇ ਡਿੱਗਦੇ ਹੋਏ ਪੱਧਰ ਦੀ, ਸਿੱਖਿਆ ਦਾ ਪੱਧਰ, ਲੈਵਲ ਆਫ ਕੁਆਲਿਟੀ ਐਜੂਕੇਸ਼ਨ ਜਿਹੜਾ ਉਹ ਡਾਊਨ ਹੋ ਰਿਹਾ, ਯਾਨੀ ਡਿੱਗਦਾ ਜਾ ਰਿਹਾ। ਅਜਿਹਾ ਕਿਉਂ ਹੋ ਰਿਹਾ ਅਤੇ ਅਸੀਂ ਗੱਲ ਵੀ ਅੱਜ ਕਿਉਂ ਕਰਨ ਜਾ ਰਹੇ ਹਾਂ, ਕਿਉਂਕਿ ਨੀਤੀ ਆਯੋਗ ਜਿਹੜੀ ਕਿ ਕੇਂਦਰ ਦੀ ਏਜੰਸੀ ਹੈ, ਨੀਤੀ ਆਯੋਗ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਦੇ ਵਿੱਚ ਕਿਹਾ ਇਹ ਗਿਆ ਹੈ ਕਿ ਦੇਸ਼ ਦੇ 20 ਸੂਬਿਆਂ ਦੇ ਵਿੱਚ ਪੰਜਾਬ ਦਾ ਨੰਬਰ 18ਵਾਂ ਹੈ। ਸੂਬਿਆਂ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਜਿਹੜਾ ਹੈ ਉਹ ਪੰਜਾਬ 18ਵੇਂ ਨੰਬਰ 'ਤੇ ਹੈ। ਬਿਹਾਰ ਵੀ ਸਾਡੇ ਤੋਂ ਉੱਪਰ 'ਚ ਆ, ਹਿਮਾਚਲ ਵੀ ਸਾਡੇ ਤੋਂ ਉੱਤੇ ਹੈ, ਹਰਿਆਣਾ ਵੀ ਉੱਤੇ ਹੈ, ਮਤਲਬ ਸਾਰੇ ਹੀ ਉੱਤੇ ਹੈ ਕਿ ਪੰਜਾਬ ਹੀ 20 'ਚੋਂ 18ਵੇਂ ਨੰਬਰ 'ਤੇ ਹੈ। ਪੰਜਾਬ ਦੂਜੇ ਨੰਬਰ 'ਤੇ ਹੈ ਨੀਚੋਂ, ਪਰ ਵੱਡੀ ਗੱਲ ਇਹ ਹੈ, ਮਤਲਬ ਕਿ ਸ਼ਰਮਨਾਕ ਗੱਲ ਜਿਹੜੀ ਹੈ ਇਹ ਪੰਜਾਬ ਸਰਕਾਰ ਦੇ ਲਈ, ਸਕੂਲੀ ਵਿਭਾਗ ਦੇ ਲਈ, ਐਜੂਕੇਸ਼ਨ ਵਿਭਾਗ ਦੇ ਲਈ ਹੈ ਕਿ ਪੰਜਾਬ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਕੀ ਰਹੇ ਨੇ, ਲੈਵਲ ਆਫ ਐਜੂਕੇਸ਼ਨ ਕੀ ਹੈ ਪੰਜਾਬ ਦੇ ਵਿੱਚ ਅੱਜ। ਕਿਉਂਕਿ ਪੰਜਾਬ ਦੇ ਵਿੱਚ ਆਖਿਰ ਕਿਉਂ ਡਿੱਗ ਰਿਹਾ ਸਿੱਖਿਆ ਦਾ ਮਿਆਰ, ਇਹ ਸਵਾਲ ਖੜ੍ਹਾ ਹੋ ਰਿਹਾ ਹੈ। ਅਤੇ ਕੀ ਸਿੱਖਿਆ ਦੇ ਖੇਤਰ ਦੇ ਵਿੱਚ ਨਿੱਜੀਕਰਨ ਜਿਹੜਾ ਵੱਧ ਰਿਹਾ ਹੈ, ਕਿ ਉਹ ਜ਼ਿੰਮੇਵਾਰ ਹੈ ਇਸ ਦੇ ਪਿੱਛੇ, ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਨੀਤੀਆਂ ਅਸਰਦਾਰ ਨਹੀਂ ਹੈ, ਸਿੱਖਿਆ ਦੇ ਖੇਤਰ ਦੇ ਵਿੱਚ ਨਿਗਾਰ ਜਿਹੜਾ ਆ ਰਿਹਾ ਉਸਦੇ ਲਈ ਜ਼ਿੰਮੇਵਾਰ ਕੌਣ ਹੈ, ਇਹ ਸਵਾਲ ਖੜ੍ਹੇ ਹੋ ਰਹੇ ਨੇ ਅੱਜ। ਕਿਉਂਕਿ ਇਹ ਤਾਂ ਕੇਂਦਰ ਦੀ ਰਿਪੋਰਟ ਆ ਗਈ, ਪੂਰੇ ਮੁਲਕ ਦੇ ਵਿੱਚ ਪੰਜਾਬ ਦਾ ਨਾਂ 18ਵੇਂ ਨੰਬਰ 'ਤੇ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪੰਜਾਬ 'ਚ ਜੋ ਪੜ੍ਹਾਇਆ ਜਾ ਰਿਹਾ ਬੱਚਿਆਂ ਨੂੰ ਉਹ ਕੁਆਲਿਟੀ ਐਜੂਕੇਸ਼ਨ ਦੇ ਨਾਂ 'ਤੇ ਕੁਛ ਨਹੀਂ ਹੈ, ਸਿਰਫ ਧੋਖਾ ਹੈ। ਨਾਂ ਦੇ ਸਕੂਲ ਸਵੇਰੇ ਖੁੱਲ੍ਹਦੇ ਨੇ, ਦੁਪਹਿਰੇ ਬੰਦ ਹੋ ਜਾਂਦੇ ਨੇ। ਬੱਚਿਆਂ ਨੂੰ ਕੀ ਪੜ੍ਹਾਇਆ ਜਾਂਦਾ ਉਸ ਕੇਂਦਰ ਸਰਕਾਰ ਦੀ ਰਿਪੋਰਟ ਤੋਂ ਕਲੀਅਰ ਹੋ ਗਿਆ ਕਿ ਨਾਂ ਦੇ ਬਰਾਬਰ ਹੀ ਬੱਚੇ ਪੜ੍ਹ ਰਹੇ ਨੇ, 18ਵੇਂ ਨੰਬਰ 'ਤੇ ਹੈ। ਸਾਡੇ ਤੋਂ ਅੱਛੇ ਤਾਂ ਬਿਹਾਰ ਦੇ ਸਕੂਲ ਹੋ ਗਏ, ਅੱਜ ਬਿਹਾਰ ਦੇ ਸਕੂਲ ਜਿਹੜੇ ਨੇ ਪੰਜਾਬ ਦੇ ਸਕੂਲ ਤੋਂ ਉੱਤੇ ਨੇ, ਅਤੇ ਸ਼ਰਮ ਵਾਲੀ ਗੱਲ ਹੈਗੀ ਹੈ ਸਰਕਾਰਾਂ ਦੇ ਲਈ। ਇਸੇ ਦੇ ਉੱਪਰ ਅੱਜ ਗੱਲ ਕਰਾਂਗੇ, ਛੋਟੀ ਜਿਹੀ ਰਿਪੋਰਟ ਵੇਖ ਲੈਂਦੇ ਹਾਂ ਪਹਿਲਾਂ। ਨੀਤੀ ਆਯੋਗ ਵੱਲੋਂ ਦੇਸ਼ ਭਰ 'ਚ ਸਿੱਖਿਆ ਦੀ ਗੁਣਵੱਤਾ ਸੰਬੰਧੀ ਕੀਤੇ ਗਏ ਸਰਵੇ ਤੋਂ ਬਾਅਦ ਸਕੂਲ ਐਜੂਕੇਸ਼ਨ ਕੁਆਲਿਟੀ ਇੰਡੈਕਸ ਜਾਰੀ ਕੀਤਾ ਗਿਆ, ਜਿਸ ਤੋਂ ਪੰਜਾਬ ਅੰਦਰ ਸਿੱਖਿਆ ਦੇ ਖੇਤਰ 'ਚ ਆ ਰਿਹਾ ਨਿਗਾਰ ਜੱਗ ਜ਼ਾਹਰ ਹੋ ਗਿਆ। ਨੀਤੀ ਆਯੋਗ ਨੇ 20 ਸੂਬਿਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਪੰਜਾਬ 18ਵੇਂ ਸਥਾਨ 'ਤੇ ਹੈ। ਇਸ ਇੰਡੈਕਸ 'ਚ ਪਹਿਲੇ ਨੰਬਰ 'ਤੇ ਕੇਰਲ, ਦੂਜੇ 'ਤੇ ਰਾਜਸਥਾਨ ਤੇ ਤੀਜਾ ਸਥਾਨ ਕਰਨਾਟਕ ਨੇ ਹਾਸਲ ਕੀਤਾ। ਦੇਸ਼ ਦਾ ਸਭ ਤੋਂ ਵੱਡਾ ਸੂਬਾ ਉੱਤਰ ਪ੍ਰਦੇਸ਼ ਇਸ ਸੂਚੀ ਦੇ ਵਿੱਚ ਅਖੀਰ 'ਤੇ ਰਹਿ ਗਿਆ। ਨੀਤੀ ਆਯੋਗ ਨੇ 2016-17 ਦੇ ਅੰਕੜਿਆਂ ਨੂੰ ਆਧਾਰ ਬਣਾ ਕੇ ਇਸ ਇੰਡੈਕਸ ਨੂੰ ਤਿਆਰ ਕੀਤਾ, ਜਿਸ 'ਚ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਵਧਾਉਣ ਦੇ ਯਤਨਾਂ ਦੇ ਮੁਲਾਂਕਣ 'ਤੇ ਵੀ ਜ਼ੋਰ ਦਿੱਤਾ ਗਿਆ। ਆਓ ਇੱਕ ਨਜ਼ਰ ਮਾਰਦੇ ਹਾਂ ਨੀਤੀ ਆਯੋਗ ਵੱਲੋਂ ਜਾਰੀ ਕੀਤੇ ਇੰਡੈਕਸ 'ਤੇ। ਸਕੂਲ ਐਜੂਕੇਸ਼ਨ ਕੁਆਲਿਟੀ ਇੰਡੈਕਸ, ਇਸ ਸੂਚੀ 'ਚ ਪਹਿਲੇ ਨੰਬਰ 'ਤੇ ਕੇਰਲ ਹੈ ਤੇ ਦੂਜਾ ਨੰਬਰ ਰਾਜਸਥਾਨ ਨੇ ਹਾਸਲ ਕੀਤਾ ਤੇ ਤੀਜਾ ਕਰਨਾਟਕ ਦਾ ਹੈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼, ਗੁਜਰਾਤ, ਅਸਮ, ਮਹਾਰਾਸ਼ਟਰ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਉੜੀਸਾ, ਛੱਤੀਸਗੜ੍ਹ, ਤੇਲੰਗਾਨਾ, ਮੱਧ ਪ੍ਰਦੇਸ਼, ਝਾਰਖੰਡ ਤੇ ਬਿਹਾਰ ਹੈ ਤੇ ਪੰਜਾਬ 18ਵੇਂ ਨੰਬਰ 'ਤੇ ਹੈ। ਉਸ ਤੋਂ ਬਾਅਦ ਜੰਮੂ ਕਸ਼ਮੀਰ ਤੇ ਉੱਤਰ ਪ੍ਰਦੇਸ਼ ਆਉਂਦੇ ਨੇ। ਉਧਰ ਸਿੱਖਿਆ ਦੇ ਡਿੱਗਦੇ ਜਾ ਰਹੇ ਪੱਧਰ ਤੇ ਵਿਰੋਧੀਆਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਨੀਤੀ ਆਯੋਗ ਦੇ ਇੰਡੈਕਸ 'ਚ ਪੰਜਾਬ ਦੇ 18ਵੇਂ ਸਥਾਨ ਨੂੰ ਚਿੰਤਾਜਨਕ ਦੱਸਿਆ। ਉਹਨਾਂ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਦੇ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ, ਜਦਕਿ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕੋਈ ਵੀ ਕਦਮ ਨਹੀਂ ਚੁੱਕੇ ਜਾ ਰਹੇ। ਉਹਨਾਂ ਸਿੱਖਿਆ ਲਈ ਰੱਖੇ ਘੱਟ ਬਜਟ ਨੂੰ ਵੀ ਸਿੱਖਿਆ ਦੀ ਗੁਣਵੱਤਾ 'ਚ ਆਈ ਗਿਰਾਵਟ ਦਾ ਇੱਕ ਕਾਰਨ ਦੱਸਿਆ। ਦੇਖੋ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈਗੀ। ਬੜੇ ਲੰਬੇ ਸਮੇਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਐਜੂਕੇਸ਼ਨ ਔਰ ਹੈਲਥ ਸਰਵਿਸਿਜ਼ ਨੇ,
ਇਹ ਬੇਸਿਕਲੀ ਵੈਲਫੇਅਰ ਸਟੇਟ ਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਅਨਫੋਰਚੁਨੇਟਲੀ ਆਪਣੇ ਪੰਜਾਬ ਦੇ ਵਿੱਚ ਇਹ ਦੋਨੋਂ ਜਿਹੜੇ ਖੇਤਰ ਨੇ ਇਹ ਪਿਛਲੇ ਲੰਮੇ ਸਮੇਂ ਤੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਨਾਂ ਨੂੰ ਜਾਣ ਜਾਣ ਕੇ ਹੈਂਡਓਵਰ ਕੀਤਾ ਜਾਂਦਾ ਰਿਹਾ ਅਤੇ ਚਰਮ ਰਾ ਕੇ ਇਹ ਦੋਨੋਂ ਸੈਕਟਰਸ ਨੇ ਜਿਹੜੇ ਖਤਮ ਹੋ ਚੁੱਕੇ ਨੇ। ਮਹਿਜ਼ 3.5-4% ਦੀ ਜਿਹੜੀ ਬਜਟ ਦੀ ਐਲੋਕੇਸ਼ਨ ਹੈ ਉਹ ਹੈਲਥ ਔਰ ਐਜੂਕੇਸ਼ਨ ਦੇ ਉੱਪਰ ਕੀਤੀ ਜਾਂਦੀ ਹੈ, ਜਦਕਿ ਜੇ ਦਿੱਲੀ ਦੀ ਗੱਲ ਕਰ ਲਈਏ ਤਾਂ ਦਿੱਲੀ ਆਮ ਆਦਮੀ ਪਾਰਟੀ ਦੇ ਵਿੱਚ 26% GDP ਦਾ ਜਿਹੜਾ ਹੈਗਾ ਉਹ ਬਜਟ ਦਾ ਉਹ ਐਜੂਕੇਸ਼ਨ ਨੂੰ ਦਿੱਤਾ ਜਾਂਦਾ। ਮੈਂ ਸਮਝਦਾ ਕਿ ਅਲਟੀਮੇਟਲੀ ਜਿਹੜੀ ਕੁਆਲਿਟੀ ਐਜੂਕੇਸ਼ਨ ਹੈ ਉਹ ਚੰਗੇ ਸਕੂਲ ਬਣਨੇ ਨੇ, ਚੰਗਾ ਇਨਫਰਾਸਟ੍ਰਕਚਰ ਬਣਨਾ, ਚੰਗੇ ਟੀਚਰਸ ਰੱਖੇ ਜਾਣੇ ਨੇ, ਚੰਗੇ ਟੀਚਰਸ ਨੂੰ ਤਨਖਾਹਾਂ ਦਿੱਤੀਆਂ ਜਾਣੀਆਂ ਨੇ, ਉਹ ਕੰਮ ਤਾਂ ਪੈਸੇ ਨਾਲ ਚੱਲਣਾ। ਹੁਣ ਜਦੋਂ ਪੈਸੇ ਦੀ ਪ੍ਰੋਵੀਜ਼ਨ ਹੀ ਨਹੀਂ ਕਰਦੇ ਹੈਗੇ ਉਹ ਇਹਨਾਂ ਦੇ ਪ੍ਰਾਇਓਰਿਟੀ ਸੈਕਟਰ ਦੇ ਉੱਪਰ ਹੀ ਨਹੀਂ ਆਉਂਦਾ ਹੈਗਾ ਐਜੂਕੇਸ਼ਨ, ਤਾਂ ਫਿਰ ਹਾਲਤਾਂ ਦਿਨ ਪਰ ਦਿਨ ਘਾਰ ਹੈ ਜਿਹੜਾ ਆਈ ਜਾਣਾ। ਮੈਂ ਸਮਝਦਾ ਕਿ ਬਹੁਤ ਅਨਫੋਰਚੁਨੇਟ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ 'ਚ ਸਿੱਖਿਆ ਦੇ ਡਿੱਗਦੇ ਮਿਆਰ ਲਈ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਦੇਖੋ ਗੱਲ ਇਹ ਹੈ ਕਿ ਇਹ ਸਾਨੂੰ ਮੰਨਣਾ ਪਏਗਾ ਕਿ ਐਜੂਕੇਸ਼ਨ ਦੇ ਵਿੱਚ ਸਾਨੂੰ ਹਾਲੇ ਹੋਰ ਬਹੁਤ ਸਖ਼ਤ ਮਿਹਨਤ ਕਰਨ ਦੀ ਲੋੜ ਹੈ, ਪਰ ਜਿੱਥੇ ਓਵਰਆਲ ਅਕੈਡਮਿਕ ਸਟੈਂਡਰਡਸ ਦੀ ਗੱਲ ਹੈ ਇਹ ਸਾਡੇ ਸਾਰਿਆਂ ਵਾਸਤੇ ਬਹੁਤ ਚਿੰਤਾਜਨਕ ਹੈ। ਇਸ ਕਰਕੇ ਕਿਉਂ ਹੋ ਰਿਹਾ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਸਤੇ ਵੀ ਔਰ ਸਿੱਖਿਆ ਡਿਪਾਰਟਮੈਂਟ ਵਾਸਤੇ ਵੀ ਆਪਣਾ ਜਿਹੜੀ ਆ ਸਵੈ ਪੜਚੋਲ ਕਰਨ ਦਾ ਬਹੁਤ ਵੱਡਾ ਸਮਾਂ। ਮੇਰੀ ਰਿਕੁਐਸਟ ਇਹ ਹੈ ਕਿ ਇਸ ਤਰ੍ਹਾਂ ਅਕੈਡਮਿਕ ਸਟੈਂਡਰਡ ਡਾਊਨ ਕਰਕੇ ਫਰਜ਼ੀ ਰਿਜ਼ਲਟ ਵਧਾ ਕੇ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਸਿਸਟਮ ਨੂੰ ਧੋਖਾ ਦੇ, ਸਾਨੂੰ ਆਪਣੀ ਰਿਐਲਿਟੀ ਚੈੱਕ ਕਰਨੀ ਚਾਹੀਦੀ ਆ। ਮਿਹਨਤ ਜਿੱਥੇ ਲੋੜ ਹੈ ਮਿਹਨਤ ਕਰਨੀ ਚਾਹੀਦੀ ਹੈ, ਜਿਹੜੀ ਸਟਾਫ ਦੀ ਘਾਟ ਹੈ ਉਹ ਦੂਰ ਕਰਨੀ ਚਾਹੀਦੀ ਹੈ। ਇਸ ਤਰੀਕੇ ਅਸੀਂ ਕਰਾਂਗੇ ਤਾਂ ਇਹ ਐਜੂਕੇਸ਼ਨ ਦੇ ਨਾਲ ਬਹੁਤ ਵੱਡਾ ਖਿਲਵਾੜ। ਬੱਚਿਆਂ ਲਈ ਚੰਗੀ ਸਿੱਖਿਆ ਹੀ ਭਵਿੱਖ 'ਚ ਚੰਗੇ ਸਮਾਜ ਦਾ ਨਿਰਮਾਣ ਕਰਨ 'ਚ ਸਹਾਈ ਹੁੰਦੀ ਹੈ, ਪਰ ਸੂਬੇ 'ਚ ਸਿੱਖਿਆ ਦੀ ਗੁਣਵੱਤਾ ਦੇ ਡਿੱਗਦੇ ਮਿਆਰ ਨੇ ਸੂਬਾ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਨੀਤੀਆਂ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜਾ ਕੀਤਾ। ਇਸ ਰਿਪੋਰਟ 'ਚ ਪੰਜਾਬ ਦੇ 18ਵੇਂ ਸਥਾਨ ਤੋਂ ਜ਼ਾਹਿਰ ਹੈ ਕਿ ਸਿੱਖਿਆ ਮੁਨਾਫੇਖੋਰੀ ਦਾ ਧੰਦਾ ਬਣਦੀ ਜਾ ਰਹੀ ਹੈ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸੂਬਾ ਸਰਕਾਰ ਦੇ ਚੁੱਕੇ ਕਦਮ ਵੀ ਨਾਕਾਫੀ ਸਾਬਤ ਹੋ ਰਹੇ ਨੇ। ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ। ਸੋ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਆਖਿਰ ਕਿਉਂ ਡਿੱਗਦਾ ਜਾ ਰਿਹਾ? ਕੀ ਨਿੱਜੀਕਰਨ ਇਸ ਦਾ ਵੱਡਾ ਕਾਰਨ ਹੈ ਜਾਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਜਾਂ ਬਜਟ ਦੇ ਵਿੱਚ ਜਿਹੜਾ ਐਲੋਕੇਸ਼ਨ ਹੈ ਉਹ ਘੱਟ ਹੈ? ਆਖਿਰ ਕਾਰਨ ਕੀ ਹੈ? ਸਕੂਲ ਦਾ ਇਨਫਰਾਸਟ੍ਰਕਚਰ ਨਹੀਂ ਹੈ, ਉੱਥੇ ਪੜ੍ਹਾਇਆ ਨਹੀਂ ਜਾ ਰਿਹਾ ਬੱਚਿਆਂ ਨੂੰ, ਕੀ ਉਹਨਾਂ ਕੋਲ ਕਿਤਾਬਾਂ ਨਹੀਂ ਹੈ, ਬੈਠਣ ਦੇ ਲਈ ਥਾਂ ਨਹੀਂ ਹੈ? ਆਖਿਰ ਦਿੱਕਤ ਕਿੱਥੇ ਹੈ? ਪੰਜਾਬ 18ਵੇਂ ਨੰਬਰ 'ਤੇ ਕਿਵੇਂ ਪਹੁੰਚਿਆ? ਹਾਲਾਂਕਿ ਜਿਹੜਾ ਇੰਡੈਕਸ ਹੈਗਾ ਬੇਸ ਈਅਰ 2015 ਮੰਨਿਆ ਅਤੇ ਇੰਡੈਕਸ ਜਿਹੜਾ ਦਿਖਾਇਆ ਗਿਆ ਨੀਤੀ ਆਯੋਗ ਦੇ 'ਚ 2016-17 ਦਾ ਹੈ। 16-17 ਦੇ ਵਿੱਚ ਹਾਲਾਂਕਿ ਅਕਾਲੀ ਭਾਜਪਾ ਦੀ ਹਕੂਮਤ ਸੀਗੀ, ਪਰ 18ਵੇਂ ਨੰਬਰ 'ਤੇ ਸਵਾਲ ਖੜ੍ਹਾ ਹੁੰਦਾ ਹੈ ਕਿ ਪੰਜਾਬ ਦੇ ਸਕੂਲ 18ਵੇਂ ਨੰਬਰ 'ਤੇ ਆ ਗਏ। ਇਟ ਮੀਨਸ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਹੈ ਉਹਨਾਂ ਦੀ ਸਿੱਖਿਆ ਆਖਿਰ ਕਿਸ ਲੈਵਲ 'ਤੇ ਖੜ੍ਹੀ ਹੁੰਦੀ ਹੈ? ਕਿਸ ਪੈਮਾਨੇ 'ਤੇ ਉਸਨੂੰ ਆਖਿਆ ਜਾਵੇ ਕਿ ਸਾਡੇ ਬੱਚੇ ਸਰਕਾਰੀ ਸਕੂਲਾਂ 'ਚ ਜਿਹੜੇ ਪੜ੍ਹ ਰਹੇ ਨੇ ਉਹ ਆਖਿਰ ਕੀ ਪੜ੍ਹ ਰਹੇ ਨੇ? ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਿਰ ਉਹ ਪੜ੍ਹ ਕੀ ਰਹੇ ਨੇ? ਅੱਜ ਮੁੱਦੇ ਦੇ ਵਿੱਚ ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਕਿ ਸਾਡੇ ਪੰਜਾਬ ਦੇ ਸਕੂਲਾਂ ਦਾ ਮਿਆਰ ਆਖਿਰ ਇਹਨਾਂ ਹੇਠਾਂ ਕਿਵੇਂ ਡਿੱਗਦਾ ਜਾ ਰਿਹਾ ਹੈ। ਖਾਸ ਤੌਰ 'ਤੇ ਮਹਿਮਾਨ ਸਾਡੇ ਨਾਲ ਜੁੜ ਗਏ ਨੇ ਪਿਆਰੇ ਲਾਲ ਗਰਗ ਸਾਹਿਬ, ਸਿੱਖਿਆ ਮਾਹਰ ਨੇ, ਹਰਬੰਸ ਸਿੰਘ ਬਾਗੜੀ ਸਾਹਿਬ ਰਿਟਾਇਰਡ ਸਹਾਇਕ ਸਕੱਤਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ, ਮਲਵਿੰਦਰ ਸਿੰਘ ਜੀ ਕਾਂਗਰਸ ਪਾਰਟੀ ਤੋਂ, ਹਰਜੀਤ ਭੁੱਲਰ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ,
ਨਿਸ਼ਾਂਤ ਕੁਮਾਰ ਜੀ ਅਧਿਆਪਕ ਆਗੂ ਨੇ ਜਲੰਧਰ ਤੁਹਾਡੇ ਨਾਲ ਜੁੜੇ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਹਰਬੰਸ ਸਿੰਘ ਬਾਗੜੀ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ, ਸਕੂਲ ਸਿੱਖਿਆ ਬੋਰਡ ਦੇ ਵਿੱਚ ਤੁਸੀਂ ਰਹੇ ਹੋ। ਨਹੀਂ ਸੀ, ਤਿੰਨ ਚਾਰ ਡਿਮਾਂਡ ਸੀ ਉਹ, ਬਾਕੀ ਪੂਰੀ ਜੇਲ ਜੋ ਹੈ ਆਪਕੀ ਸ਼ਾਂਤੀਪੂਰਨ ਸੀ। ਕੋਈ ਹਾਂਜੀ ਹਾਂਜੀ ਦਰਵਾਜ਼ਾ, ਇਹ ਕੋਈ ਸ਼ਾਇਦ ਆਵਾਜ਼ ਕਿੱਥੋਂ ਹੋਰ ਆ ਰਹੀ ਹੈ ਜਿਹੜੀ ਨਾਲ ਵਿੱਚ ਚੱਲ ਰਹੀ ਹੈ? ਆਈ ਹੋਪ ਤੁਹਾਨੂੰ ਸਾਰਿਆਂ ਨੂੰ ਆਵਾਜ਼ ਮਿਲ ਪਾ ਰਹੀ ਹੋਏਗੀ। ਬਾਗੜੀ ਸਾਹਿਬ ਆਵਾਜ਼ ਮਿਲ ਪਾ ਰਹੀ ਤੁਹਾਨੂੰ? ਹਾਂਜੀ ਹਾਂਜੀ ਹਾਂਜੀ। ਬਾਗੜੀ ਸਾਹਿਬ, ਆਖਿਰ 18ਵੇਂ ਨੰਬਰ 'ਤੇ ਸਾਡੇ ਪੰਜਾਬ ਦਾ ਨਾਂ ਆਉਣਾ ਬਹੁਤ ਹੀ ਸ਼ਰਮਨਾਕ ਹੈਗਾ, ਅਜਿਹਾ ਕਿਉਂ? ਮਤਲਬ ਕੀ ਸਮਝਣ ਪੰਜਾਬੀ, ਇੰਨੀ ਗਿਰਾਵਟ, ਮਤਲਬ ਕਿ ਇੰਨੀ ਗਿਰਾਵਟ ਕਿਵੇਂ ਆ ਗਈ ਪੰਜਾਬ ਦੇ ਸਕੂਲਾਂ ਦੇ ਵਿੱਚ? ਸਿੱਖਿਆ ਦਾ ਪੱਧਰ ਪੰਜਾਬ 'ਚ ਇੰਨਾ ਹੇਠਾਂ ਕਿਵੇਂ ਡਿੱਗ ਗਿਆ? ਆਈ ਹੋਪ ਤੁਹਾਨੂੰ ਮੇਰੀ ਆਵਾਜ਼ ਮਿਲ ਪਾ ਰਹੀ ਹੈ। ਨੀਤੀ ਆਯੋਗ ਨੇ ਇਹ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਹੈ, ਬਾਗੜੀ ਸਾਹਿਬ ਆਵਾਜ਼ ਮਿਲੀ ਹੈ? ਗਰਗ ਸਾਹਿਬ ਤੋਂ ਬਾਅਦ ਤੁਹਾਡੇ ਕੋਲ ਆਉਣਾ ਗਰਗ ਸਾਹਿਬ। ਹਾਂਜੀ ਹਾਂਜੀ, ਬਾਗੜੀ ਸਾਹਿਬ ਮੈਨੂੰ ਨਹੀਂ ਮਿਲ ਰਹੀ ਜੀ। ਦੇਖੋ ਵਾਲੀਆ ਜੀ, ਜਿਹੜੀ ਇਹ ਰਿਪੋਰਟ ਹੈ, ਜਿਵੇਂ ਤੁਸੀਂ ਪਹਿਲਾਂ ਹੀ ਕਲੀਅਰ ਕਰਤਾ ਹੈ, ਇਹ 2016-17 ਦੇ ਜਿਹੜੇ ਸਰਕਾਰੀ ਅੰਕੜੇ ਸੀਗੇ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹ ਕੋਈ ਅੰਕੜੇ ਨਵੇਂ ਨਹੀਂ ਇਕੱਠੇ ਕਰੇ ਗਏ, ਜੋ ਵੀ ਉੱਥੇ ਦਰਜ ਸੀਗੇ ਸਰਕਾਰ ਕੋਲ ਉਹਦਾ ਵਿਸ਼ਲੇਸ਼ਣ ਕਰਿਆ। ਅਤੇ 2016-17 ਦੇ ਅੰਕੜੇ ਨੇ ਉਹ ਮਾਰਚ 31 ਮਾਰਚ 2017 ਨੂੰ ਆਪਾਂ ਨੂੰ ਪਤਾ ਹੈ ਉਹ ਸਾਲ ਖਤਮ ਹੋ ਜਾਂਦਾ ਹੈ। ਉਹਦੇ ਵਿੱਚ ਜਿਹੜੇ ਅੰਕੜਿਆਂ 'ਚ ਵਿਸ਼ਲੇਸ਼ਣ ਕਰਿਆ ਗਿਆ ਹੈ, ਇਹ 18ਵੇਂ ਨੰਬਰ 'ਤੇ ਜਿਹੜਾ ਹੈ ਇਹ ਹੈ ਪੰਜਾਬ ਇਸ ਗੱਲ ਦੇ ਉੱਤੇ ਕਿ ਲਰਨਿੰਗ ਲੈਵਲ ਜਿਹਨੂੰ ਅਸੀਂ ਕਹਿੰਦੇ ਹਾਂ, ਲਰਨਿੰਗ ਆਊਟਕਮ 'ਚ ਹੈ। ਓਵਰਆਲ ਜਿਹੜਾ ਪੰਜਾਬ ਦੀ ਸਿਚੁਏਸ਼ਨ ਆ, ਉਹਨਾਂ ਨੇ ਕਈ ਇੰਡੀਕੇਟਰ ਲਏ ਨੇ, ਉਹਦੇ 'ਚ ਪੰਜਾਬ 9ਵੇਂ ਨੰਬਰ 'ਤੇ ਹੈ ਅਤੇ 9ਵੇਂ 'ਚ ਹੀ ਪਹਿਲਾਂ ਸੀ। 2015-16 'ਚ ਵੀ 9ਵੇਂ ਸੀ, ਆ ਟੇਬਲ ਪਏ ਨੇ ਇਸੇ ਰਿਪੋਰਟ ਦੇ ਵਿੱਚ ਜਿਹੜੀ ਤੁਸੀਂ ਦਿਖਾਈ ਆ ਬਣੇ ਹੋਏ, ਅਤੇ ਉਹ ਹੁਣ ਵੀ 9ਵੇਂ 'ਚ ਹੈ। ਇਹਨਾਂ ਨੇ 4 ਇੰਡੀਕੇਟਰ ਲਏ ਸੀਗੇ ਜੀ, 2 ਮੇਜਰ 'ਚੋਂ 2 ਗਾਹਾਂ, 1 ਦੇ ਪਹਿਲੇ ਦੇ 4 ਸੀਗੇ ਕਿ ਬੱਚਾ ਪੜ੍ਹਦਾ ਕਿੰਨਾ, ਬੱਚਾ 5ਵੀਂ ਤੋਂ 8ਵੀਂ 'ਚ ਕਿੰਨੇ ਪਹੁੰਚਦੇ ਨੇ, 8ਵੀਂ 'ਚੋਂ 10ਵੀਂ 'ਚ ਕਿੰਨੇ ਪਹੁੰਚਦੇ ਨੇ, 10ਵੀਂ 'ਚੋਂ 12ਵੀਂ 'ਚ ਕਿੰਨੇ ਪਹੁੰਚਦੇ ਨੇ, ਉਹਨੂੰ ਅਸੈਸ ਲੈਵਲ ਕਿਹਾ ਸੀ। 3ਜਾ ਲੈਵਲ ਦੇਖਿਆ ਸੀ ਵੀ ਸਕੂਲਾਂ 'ਚ ਕਮਰੇ ਕਿੰਨੇ ਨੇ ਅਤੇ ਉੱਥੇ ਸਾਜੋ ਸਮਾਨ ਕਿੰਨਾ ਹੈ, ਅਤੇ 4ਥਾ ਲੈਵਲ ਦੇਖਿਆ ਸੀ ਵੀ ਜਿਹੜੀਆਂ ਸ਼ਡਿਊਲਡ ਟ੍ਰਾਈਬ ਬੈਕਵਰਡ ਕਲਾਸਿਸ ਜਿਹੜੀਆਂ ਨੇ ਉਹਨਾਂ ਦੇ ਬੱਚਿਆਂ ਦੀ ਪ੍ਰਤੀਸ਼ਤ ਅਤੇ ਪ੍ਰਾਪਤੀ ਦੀ ਪ੍ਰਤੀਸ਼ਤ ਬਾਕੀ ਜਨਰਲ ਕੈਟਾਗਰੀ ਦੇ ਮੁਕਾਬਲੇ ਕੀ ਹੈ। ਇਹ ਸੀਗਾ ਇੱਕ ਪਾਰਟ ਦਾ ਮੇਜਰ ਦਾ। ਦੂਜਾ ਪਾਰਟ ਇਹਦੇ ਵਿੱਚ ਸੀ ਵੀ ਜਿਹੜੇ ਸਰਕਾਰ ਜੋ ਕੁਛ ਕਰ ਰਹੀ ਹੈ, ਸਰਕਾਰ ਦੇ ਪ੍ਰੋਸੈਸ ਜਿਹੜੇ ਨੇ ਉਹ ਕਿਵੇਂ ਮਦਦ ਕਰ ਰਹੇ ਨੇ ਸਕੂਲ ਐਜੂਕੇਸ਼ਨ ਨੂੰ। ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੇਖਣ ਦੀ ਲੋੜ ਹੈ ਉਹ ਇਹ ਹੈ ਕਿ ਜਦ ਅਸੀਂ ਆਊਟਕਮਸ ਜਿਹੜੇ ਹੈਗੇ ਨੇ ਇਨਫਰਾਸਟ੍ਰਕਚਰ ਫੈਸਿਲਿਟੀਜ਼ ਦਾ, ਕਿਉਂਕਿ 25 ਨੰਬਰ ਦਿੱਤੇ ਨੇ 960 ਦੇ ਵਿੱਚੋਂ, 965 ਟੋਟਲ ਨੰਬਰ ਨੇ, 360 ਨੰਬਰ ਪੜ੍ਹਨ ਦੀ ਆਊਟਕਮ ਦੇ ਦਿੱਤੇ ਨੇ, ਉਹ ਵਧੀਆ ਗੱਲ ਹੈ ਵੈਸੇ, 360 ਨੰਬਰ ਤਕਰੀਬਨ 36% ਕਹਿ ਲਓ, 36.5% ਪੜ੍ਹਨ ਦੇ ਨੇ। ਪੜ੍ਹਨ ਦੀ ਆਊਟਕਮ ਪੰਜਾਬ 'ਚ ਬਹੁਤ ਮਾੜੀ ਹੈ ਇਸ ਗੱਲ ਦੇ ਬਾਵਜੂਦ
ਕਿ ਇੱਥੇ ਭਾਵੇਂ ਅਮਨ ਅਰੋੜਾ ਜੀ ਨੇ ਕਿਹਾ ਵੀ 3-4% ਬਜਟ ਖਰਚ ਕਰਦੀ ਆ ਪੰਜਾਬ ਸਰਕਾਰ ਦਾ ਇਸ ਸਾਲ ਦਾ ਵੀ ਬਜਟ ਜਿਹੜਾ ਹੈ ਉਹ 11% ਆ, ਔਰ ਇਹ 11-12% ਪਿਛਲੇ 7-8-9 ਸਾਲ ਤੋਂ ਚੱਲ ਰਿਹਾ, 11-12 ਤੋਂ ਘਟਿਆ ਨਹੀਂ ਕਦੇ ਵੀ ਐਜੂਕੇਸ਼ਨ ਦਾ ਬਜਟ ਟੋਟਲ ਬਜਟ ਦਾ। ਅਤੇ ਹਾਂ, ਇਹ ਜ਼ਰੂਰ ਸੀ ਵੀ ਕਿਸੇ ਜ਼ਮਾਨੇ 'ਚ 32% ਵੀ ਰਿਹਾ, ਉਸ ਹਿਸਾਬ ਨਾਲ ਇਹ ਘਟਿਆ। ਅਤੇ ਪਰ ਨਾ ਹੀ ਕਦੇ ਪੰਜਾਬ ਦੇ ਵਿੱਚ ਟੀਚਰਾਂ ਦੀ ਪ੍ਰਤੀ ਬੱਚਾ ਗਿਣਤੀ ਘਟੀ ਹੈ, ਗਿਣਤੀ ਪੰਜਾਬ 'ਚ ਜੇ ਅਸੀਂ ਟੀਚਰਾਂ ਦੀ ਲਈਏ ਨਾ, ਟੀਚਰਾਂ ਦੀ ਸੈਲਰੀ ਘੱਟ ਹੈ, ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਸੈਲਰੀ ਪੰਜਾਬ ਦੇ ਵਿੱਚ ਮਿਲ ਰਹੀ ਹੈ। ਸੋ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਸਾਡੇ ਸਕੂਲਾਂ 'ਚ ਪੜ੍ਹਾਈ ਹੋ ਕਿਉਂ ਨਹੀਂ ਰਹੀ, ਬੱਚੇ ਦੀ ਪ੍ਰਾਪਤੀ ਕਿਉਂ ਨਹੀਂ ਹੋ ਰਹੀ। ਇਹਨਾਂ ਨੇ ਤਾਂ ਇਸ ਪ੍ਰਾਪਤੀ ਦੇ ਵਿੱਚ ਜਿਹੜਾ 8ਵੀਂ ਦਾ ਬੱਚਾ ਹੈ ਉਹਦੇ 39% ਬੱਚੇ ਨੇ ਜਿਹੜੇ ਹਿਸਾਬ ਦੇ ਵਿੱਚ ਸਵਾਲ ਕੱਢ ਸਕੇ ਨੇ, ਯਾਨੀ ਕਿ 61% ਬੱਚਿਆਂ ਨੂੰ ਹਿਸਾਬ ਨਹੀਂ ਆਉਂਦਾ। ਇਸ ਤਰ੍ਹਾਂ ਹੀ ਜਿਹੜੀ ਹੈਗੀ ਹੈ ਲੈਂਗੁਏਜ, ਉਹਦੇ 'ਚ 8ਵੀਂ ਦੇ 54% ਬੱਚੇ ਜਿਹੜੇ ਨੇ ਉਹ ਲੈਂਗੁਏਜ ਦਾ ਮਸਲਾ ਜੋ ਵੀ ਸਵਾਲ ਪਾਇਆ ਉਹ ਦੱਸ ਸਕੇ ਨੇ, ਅਤੇ 46% ਨੂੰ ਪੰਜਾਬੀ ਨਹੀਂ ਆਉਂਦੀ 8ਵੀਂ ਦੇ ਬੱਚਿਆਂ ਨੂੰ। ਇੱਕ ਏਜ਼ਰ ਸਰਵੇ ਹੁੰਦੀ ਹੈ ਐਨੂਅਲ ਸਟੇਟਸ ਐਜੂਕੇਸ਼ਨ ਰਿਪੋਰਟ, ਉਹਦੇ ਅਨੁਸਾਰ ਵੀ 16% ਬੱਚਿਆਂ ਨੂੰ ਦੂਜੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ 8ਵੀਂਦਿਆਂ ਨੂੰ, ਅਤੇ 52% ਬੱਚਿਆਂ ਨੂੰ 8ਵੀਂਦਿਆਂ ਨੂੰ ਸਧਾਰਨ ਤਕਸੀਮ ਵੰਡ ਦਾ ਸਵਾਲ ਵੀ ਜੇ ਆਪਾਂ ਕਹੀਏ 832 ਨੂੰ 7 'ਤੇ ਤਕਸੀਮ ਕਰੋ ਅਤੇ ਬਾਕੀ ਦੱਸੋ ਕਿੰਨਾ ਬੱਚਾ, ਉਹ ਨਹੀਂ ਆਉਂਦਾ ਕਰਨਾ। ਸੋ ਜਿਹੜਾ ਇੰਨਾ ਨੀਵਾਂ ਪੱਧਰ ਹੈ ਸਰਕਾਰ ਦੇ ਵਿੱਚ ਐਜੂਕੇਸ਼ਨ ਦਾ, ਇਹ ਇੱਕ ਦਿਨ 'ਚ ਨਹੀਂ ਹੋ ਗਿਆ, ਇਸ ਸਰਕਾਰ ਦੇ ਤਾਂ ਖੈਰ ਅੰਕੜੇ ਅਜੇ ਆਈ ਨਹੀਂ ਹੈ। ਅਤੇ ਮੈਂ ਪਿੱਛੇ ਰਿਵਿਊ ਕਰ ਰਿਹਾ ਸੀ ਇਹਨਾਂ ਦਾ, ਮੈਂ ਚੇਅਰਮੈਨ ਸੀ ਕਮੇਟੀ ਦਾ, ਇਹ ਪੜ੍ਹੋ ਪੰਜਾਬ ਦਾ ਰਿਵਿਊ ਕਰ ਰਿਹਾ ਸੀ, ਤਾਂ ਉੱਥੇ ਮੈਨੂੰ ਸਾਹਮਣੇ ਸਮਝ ਆਈ ਜਿਹੜੀ ਗੱਲ, ਉਹ ਮੈਂ ਦੱਸਣੀ ਚਾਹੁੰਦਾ ਜੀ। ਉਹ ਇਹ ਹੈ ਵੀ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਬੋਰਡ ਦੀਆਂ, ਉਹਦੀ ਟਰਾਂਸਲੇਸ਼ਨ ਗਲਤ, ਉਹਦੇ ਵਿੱਚ ਉਦਾਹਰਨਾਂ ਗਲਤ, ਇੱਕ ਤਾਂ ਉਹਦੀ ਛਪਾਈ ਦੇ ਉੱਤੇ ਕੋਈ ਨਹੀਂ, ਵੈਬਸਾਈਟ 'ਤੇ ਪਾਈਆਂ ਹੋਈਆਂ ਨੇ। ਇੱਕ ਮੈਂ 12ਵੀਂ ਦੀ ਕਿਤਾਬ ਦੇਖ ਰਿਹਾ ਸੀ ਸੋਸ਼ਲ ਸਟੱਡੀ ਦੀ, ਇਤਿਹਾਸ ਦੀ, ਉਹ ਇਤਿਹਾਸ ਦੀ ਕਿਤਾਬ ਦੇ ਵਿੱਚ ਨਵਾਂ ਚੈਪਟਰ ਇਹਨਾਂ ਨੇ ਇੱਕ ਪਾਇਆ ਸੀ, ਉਹਦਾ ਇੱਕ ਪੇਜ ਇੱਕ ਪਹਿਰਾ ਸਾਰੇ ਦਾ ਸਾਰਾ ਟਰਾਂਸਲੇਸ਼ਨ ਗਲਤ ਕਰਿਆ ਹੋਇਆ ਸੀ। ਇਹਨਾਂ ਉਹਦੇ ਵਿੱਚ ਲਿਖਿਆ ਸੀ ਨੇਚਰ ਆਫ ਦੀ ਸਟੇਟ, ਟਰਾਂਸਲੇਸ਼ਨ ਕਰਿਆ ਸੀ ਰਾਜ ਦੀ ਕੁਦਰਤ, ਜਦਕਿ ਉਹ ਰਾਜ ਦਾ ਖਾਸਾ ਹੁੰਦਾ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਗਲਤੀਆਂ ਕਰੀਆਂ ਹੋਈਆਂ ਸੀ ਇਹਨਾਂ ਦੇ। ਮੈਂ ਜਦ ਪੇਪਰ ਦੇਖਦਾ ਸਕੂਲ ਐਜੂਕੇਸ਼ਨ ਬੋਰਡ ਦੇ, ਉਹ ਜਿਹੜਾ ਅੰਗਰੇਜ਼ੀ 'ਚ ਪੇਪਰ ਹੁੰਦਾ ਉਸੇ ਦਾ ਜਿਹੜਾ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਪਾਠ ਹੁੰਦਾ ਉਹ ਗਲਤ ਹੁੰਦਾ, ਉਹਦੇ ਦੋਨੇ ਮੇਲ ਹੀ ਨਹੀਂ ਖਾਂਦੇ, ਬੱਚਾ ਕਿਹੜਾ ਜਵਾਬ ਦੇਵੇ, ਐਗਜ਼ਾਮੀਨਰ ਕਿਹੜੇ ਜਵਾਬ ਨੂੰ ਠੀਕ ਮੰਨੇ, ਕਿਉਂਕਿ ਦੋਹਾਂ ਦਾ ਆਪਸ 'ਚ ਮੇਲ ਹੀ ਕੋਈ ਨਹੀਂ। ਅੰਗਰੇਜ਼ੀ 'ਚ ਹੋਰ ਹੈ, ਇੱਕੋ ਪੇਪਰ ਛਪੇ ਨੇ, ਜਾਂ ਤਾਂ ਹੋਵੇ ਨਾ ਅੰਗਰੇਜ਼ੀ ਵਾਲਾ ਪੇਪਰ ਵੱਖਰਾ ਹੋਵੇ, ਪੰਜਾਬੀ ਵਾਲਾ ਵੱਖਰਾ ਹੋਵੇ, ਪੇਪਰ ਇੱਕੋ ਹੀ ਹੈ ਕੁਸਚਨ ਪੇਪਰ। ਸੋ ਉਹਦੇ ਉੱਤੇ ਜਦ ਅਸੀਂ ਇਹਨਾਂ ਦੇ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਨੂੰ ਕਿਹਾ, ਉਹਨਾਂ ਨੇ ਬੁਲਾ ਕੇ, ਉਹ ਜਿਵੇਂ ਹੁੰਦਾ ਸੁੱਕੀ ਵੇਲੇ ਪਕਾਉਣ ਦੀ ਗੱਲ, ਇੱਕ ਤਾਂ ਇਹ ਵੀ ਕਿਤਾਬਾਂ ਦਾ ਬਹੁਤ ਮਾੜਾ ਪੱਧਰ ਹੈ, ਦੂਜੀ ਗੱਲ ਸਾਡੇ ਸਕੂਲਾਂ ਦੇ ਵਿੱਚ ਪਿਛਲੇ 2 ਸਾਲ ਤਾਂ ਐਜੂਟੇਸ਼ਨਾਂ ਚੱਲਦੀਆਂ ਰਹੀਆਂ ਨੇ, ਸਾਡੇ ਸਕੂਲਾਂ ਦੇ ਵਿੱਚ ਟੀਚਰਾਂ ਦੀ ਜਿਹੜੀ ਡਿਪਲਾਇਮੈਂਟ ਹੈ ਉਹਦੀ ਪਾਲਿਸੀ ਬਹੁਤ ਗਲਤ ਹੈ। ਦੋ ਦੋ ਬੱਚੇ ਨੇ, 3-3 ਬੱਚੇ ਨੇ, ਉੱਥੇ 2-2, 3-3 ਟੀਚਰ ਨੇ, ਹਜ਼ਾਰ ਹਜ਼ਾਰ ਬੱਚਾ ਇੱਕ ਸਕੂਲ ਦੇ ਵਿੱਚ, 432 ਬੱਚੇ ਅਤੇ ਟੀਚਰ ਇੱਕ, ਅਤੇ ਹਜ਼ਾਰ ਸਕੂਲ ਪੰਜਾਬ ਦਾ ਐਸਾ ਹੈ ਜਿਹਦੇ ਵਿੱਚ ਸਿੰਗਲ ਟੀਚਰ ਸਕੂਲ ਹੈ, ਜਦਕਿ ਸਾਨੂੰ ਟੀਚਰ ਚਾਹੀਦੇ ਨੇ 80,000 ਅਤੇ ਹੈਗੇ ਸਾਡੇ ਕੋਲ 1,12,000। 32,000 ਟੀਚਰ ਵਾਧੂ ਹੋਣ ਦੇ ਬਾਵਜੂਦ ਪੰਜਾਬ ਦੇ 1,000 ਸਕੂਲਾਂ ਨੂੰ ਟੀਚਰ ਨਹੀਂ ਹੈਗਾ। ਸੋ ਪ੍ਰਸ਼ਾਸਨ ਦੇ ਤੌਰ 'ਤੇ ਜਿਹੜੀਆਂ ਪ੍ਰਮੋਸ਼ਨਾਂ ਕਰਕੇ ਹੈੱਡ ਸਕੂਲ ਹੈੱਡ ਨਹੀਂ ਹੈਗੇ। ਸੋ ਪੋਲੀਟੀਕਲੀ ਸਕੂਲ ਜਦ ਕੋਈ ਚੋਣ ਆਉਂਦੀ ਹੈ, ਸ਼ਾਇਦ ਜਿਮਨੀ ਚੋਣ ਵੇਲੇ ਹੁਣ ਵੀ ਨਾ ਅਪਗ੍ਰੇਡ ਕਰ ਲਏ ਸਕੂਲ, ਜਿਮਨੀ ਚੋਣ ਆਉਂਦੀ ਉਦੋਂ ਸਕੂਲਾਂ ਨੂੰ ਅਪਗ੍ਰੇਡ। ਸੋ ਸਾਡੇ ਪੜ੍ਹਾਈ ਦੇ ਲੈਵਲ ਦਾ ਥੱਲੇ ਜਾਣ ਦਾ ਕਾਰਨ ਹੈ
ਕਿ ਦੋ ਇੱਕ ਮਿੰਟ 'ਚ ਖਤਮ ਕਰ ਲਈਆਂ, ਦੋ ਸਟੇਕ ਹੋਲਡਰ ਨੇ, ਸਰਕਾਰ ਔਰ ਟੀਚਰ, ਬੱਚਿਆਂ ਨੂੰ ਤੇ ਮਾਪਿਆਂ ਨੂੰ ਤਾਂ ਕੋਈ ਪੁੱਛਦਾ ਨਹੀਂ, ਗਰੀਬਾਂ ਦੇ ਬੱਚੇ ਪੜ੍ਹਦੇ ਨੇ, ਉਹਨਾਂ ਦੋਹਾਂ ਦਾ ਮੈਨੂੰ ਲੱਗਦਾ ਨਹੀਂ ਕੋਈ ਸੀਰੀਅਸ ਇੰਟਰਸਟ ਹੈ ਜਾਂ ਸੀਰੀਅਸ ਯਤਨ ਹੈ ਕਿ ਬੱਚੇ ਪੜ੍ਹ ਜਾਣ। ਰਾਧਰ ਮੈਨੂੰ ਲੱਗਦਾ ਵੀ ਉਹਨਾਂ ਲੱਗਦਾ ਗਰੀਬਾਂ ਦੇ ਬੱਚੇ ਨੇ, ਇੰਨੀ ਮਾੜਾ ਮੋਟਾ ਗਰੀਬਾਂ ਦੇ ਬੱਚੇ ਨੇ, ਗੱਲ ਇਹੀ ਹੈ। ਬਾਗੜੀ ਸਾਹਿਬ ਆਵਾਜ਼ ਮਿਲ ਪਾ ਰਹੀ ਹੈ ਹੁਣ ਤੁਹਾਨੂੰ? ਸਰ ਜਿੱਥੋਂ ਤੱਕ ਪੜ੍ਹਾਈ ਦਾ ਤਾਲੁਕ ਹੈ, ਸਕੂਲਾਂ ਦੇ ਵਿੱਚ ਮਿਆਰੀ ਸਿੱਖਿਆ ਦੇਣ ਦੀ ਚੱਲੇ ਕਹੋ, ਗਰਗ ਸਾਹਿਬ ਨੇ ਬੜੇ ਵਿਸਥਾਰ ਨਾਲ ਅੰਕੜਿਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਮੈਂ ਸਿੱਖਿਆ ਬੋਰਡ ਦੇ ਵਿੱਚ ਹੈ। ਸਿੱਖਿਆ ਬੋਰਡ ਇੱਕ ਐਗਜ਼ਾਮੀਨੇਸ਼ਨ ਬਾਡੀ ਹੈ ਜਿਹਨੇ ਸਿੱਖ ਪੜ੍ਹਾਏ ਹੋਏ ਦਾ ਅਲਾਂਕਣ ਕਰਨਾ ਵੀ ਉਹ ਬੱਚੇ ਜਿਹੜੇ ਕਿੰਨੇ ਪਾਸ ਹੋਏ ਕਿੰਨੇ ਫੇਲ ਹੋਏ। ਠੀਕ ਹੈ, ਸਿੱਖਿਆ ਬੋਰਡ ਦੇ ਵਿੱਚ ਲਗਾਤਾਰ ਜਿਹੜਾ ਨਾ ਉਹ ਰਿਜ਼ਲਟ ਦਾ ਜਿਹੜਾ ਮਿਆਰ ਆ ਆਉਣ ਵਾਲੇ ਅਧਿਕਾਰੀਆਂ ਦੇ ਸਿਰ 'ਤੇ ਨਿਰਭਰ ਕਰਦਾ ਹੈ। ਜਦੋਂ ਬੋਰਡ ਰਿਜ਼ਲਟ ਕੱਢਦਾ, ਕਈ ਵਾਰ ਤਾਂ ਮਣਾ ਮਣਾ ਮੰਗੋ ਗ੍ਰੇਸ ਮਾਰਕਸ ਦੇ ਦਿੱਤੇ ਜਾਂਦੇ ਆ ਤਾਂ ਕਿ ਸਕੂਲ ਦਾ ਲੈਵਲ ਵਧੇ, ਜਿਸ ਤਰ੍ਹਾਂ ਪਿਛਲੇ ਸਾਲ ਹੋਇਆ। ਹਾਲ ਉਹਨਾਂ ਦਾ ਰਿਜ਼ਲਟ ਘੋਸ਼ਿਤ ਕਰਨ ਵਾਸਤੇ ਕਿਸੇ ਵਿਸ਼ੇਸ਼ ਅਧਿਕਾਰੀ ਨੂੰ ਥਾਪੜਾ ਦੇਣ ਦੀ ਖਾਤਰ ਜਾਂ ਉਹਦੀ ਕਾਰਗੁਜ਼ਾਰੀ ਵਧੀਆ ਕਰਾਉਣ ਦੀ ਖਾਤਰ ਜਿਹੜਾ ਸਿੱਖਿਆ ਬੋਰਡ ਦਾ ਰਿਜ਼ਲਟ ਗ੍ਰੇਸ ਨਾਲ 62% ਵਧ, ਜਿਹੜਾ ਦੋ ਤਰ੍ਹਾਂ ਦੀਆਂ ਗ੍ਰੇਸਾਂ ਹੁੰਦੀਆਂ, ਇੱਕ ਗ੍ਰੇਡ ਜਿਹੜੀ ਰੈਗੂਲੇਸ਼ਨ ਦੇ ਵਿੱਚ ਦਿੱਤੀ ਹੋਈ ਹੈ ਕਿ ਹਰ 1% ਬੱਚੇ ਨੂੰ ਗ੍ਰੇਸ ਦੇਣੀ ਹੈ। ਇੱਕ ਸਿੱਖਿਆ ਦੇ ਬੋਰਡ ਦੇ ਐਕਟ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਵੀ ਜੇਕਰ ਚੇਅਰਮੈਨ ਨੇ ਸਮਝਣ ਵੀ ਰਿਜ਼ਲਟ ਘੱਟ ਹੈ ਤਾਂ ਮੋਡਰੇਸ਼ਨ ਰਿਜ਼ਲਟ ਕਰ ਸਕਦੇ, ਵਾਧੂ ਨੰਬਰ ਦੇ ਸਕਦੇ ਆ। ਸਿੱਖਿਆ ਬੋਰਡ ਦਾ ਜਿਹੜਾ 10ਵੀਂ ਦਾ ਨਤੀਜਾ ਸੀ ਪਿਛਲੇ ਸਾਲ, ਉਹ ਪਿਛਲੇ ਗ੍ਰੇਸ 62% ਨਾਲ ਉਨੀ ਜ਼ਿਆਦਾ ਸੀ, 72% ਆ ਰਿਹਾ ਸੀ ਰਿਜ਼ਲਟ। ਠੀਕ ਹੈ, ਲੇਕਿਨ ਸਰਕਾਰ ਦੇ ਦਬਾਅ ਥੱਲੇ ਅਧਿਕਾਰੀ ਨੂੰ ਥਾਪੜਾ ਦੇਣ ਦੀ ਗੱਲ ਮੜਾ ਵਾਂਗੂ ਗ੍ਰੇਸ ਦੇ ਕੇ ਰਿਜ਼ਲਟ 85.56% ਕਰ ਦਿੱਤਾ ਗਿਆ। ਬਗੜੀ ਸਾਹਿਬ, ਇੱਕ ਮਿੰਟ ਤੁਸੀਂ ਕਿਹਾ ਨਹੀਂ, ਬਗੜੀ ਸਾਹਿਬ ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ ਬੱਚਿਆਂ ਵਾਸਤੇ ਪੜ੍ਹਨ ਵਾਲੀ ਮਾਹੌਲ ਹੈ ਨਹੀਂ, ਬੱਚੇ ਪੜ੍ਹਨਗੇ ਕਿੱਥੇ? ਨਹੀਂ, ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ? ਟਾਇਲਟ ਹੈ ਨਾ ਕੋਈ ਹੋਰ, ਤੁਹਾਨੂੰ ਆਵਾਜ਼ ਨਹੀਂ ਮਿਲ ਰਹੀ ਮੈਨੂੰ ਲੱਗਦਾ, ਨਾ ਹੀ ਬਿਲਡਿੰਗ। ਮਾਲਵਿੰਦਰ ਜੀ ਇੱਕ ਮਿੰਟ ਰੁਕਾਓ, ਬਾਗੜੀ ਸਾਹਿਬ ਦਾ ਆਵਾਜ਼ ਨਹੀਂ ਮਿਲ ਪਾ ਰਹੀ। ਠੀਕ ਹੈ ਮਾਲਵਿੰਦਰ ਜੀ ਗੱਲ ਇਹ ਹੈ, ਹੁਣੇ ਹਾਲਾਂਕਿ ਬਾਗੜੀ ਸਾਹਿਬ ਨੇ ਕਿਹਾ ਕਿ ਵੈਸੇ ਇੰਡੀਪੈਂਡੈਂਟ ਬਾਡੀ ਹੈਗੀ ਹੈ PSEB, ਠੀਕ ਹੈ ਜੀ, ਸਕੂਲ ਸਿੱਖਿਆ ਬੋਰਡ ਜਿਹੜਾ ਹੈ ਉਹ ਇੰਡੀਪੈਂਡੈਂਟ ਬਾਡੀ ਹੈ, ਪਰ ਸਰਕਾਰ ਦੇ ਦਬਾਅ ਦੇ ਕਰਕੇ ਬੱਚਿਆਂ ਨੂੰ ਨਜਾਇਜ਼ ਜਿਹੜੇ ਆ ਪਾਸਿੰਗ ਮਾਰਕਸ ਦੇ ਕੇ ਉਹਨਾਂ ਦੀ ਜਿਹੜੀ ਹੈ ਪਰਸੈਂਟੇਜ ਵਧਾ ਦਿੱਤੀ ਗਈ। ਆਖਿਰ ਕਿਉਂ? ਬੱਚੇ ਜਿੰਨਾ ਕੁ ਪੜ੍ਹੇ ਹੈ ਨੰਬਰ ਵੀ ਤਾਂ ਉਨੇ ਹੀ ਆਉਣੇ, ਤੁਸੀਂ ਧੱਕਾ ਕਿਉਂ ਕਰ ਰਹੇ ਹੋ? ਇਸ ਤਰ੍ਹਾਂ ਜੀ 1966 ਦੇ ਵਿੱਚ ਪੰਜਾਬ ਦੀ ਜਿਹੜੀ ਵੰਡ ਤੋਂ ਬਾਅਦ ਐਜੂਕੇਸ਼ਨ ਕੋਈ ਪਾਲਿਸੀ ਬਣੀ ਨਹੀਂ। ਹਾਂਜੀ ਬੋਲੋ ਬੋਲੋ ਬਲਵਿੰਦਰ ਜੀ, ਬੋਲੋ ਆਵਾਜ਼ ਆ ਰਹੀ ਹੈ ਤੁਹਾਡੀ। ਪਾਕਿਸਤਾਨ ਸਰਕਾਰ ਰਹੀ, ਉਸ ਸਰਕਾਰ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਸੇਵਾ ਸਿੰਘ ਸੇਖਵਾਂ ਜੀ ਨੇ ਪੰਜਾਬ ਵਾਸੀਆਂ ਨੂੰ ਐਜੂਕੇਸ਼ਨ ਪਾਲਿਸੀ ਦਾ ਲਾਰਾ ਲਾਇਆ ਸੀ, ਲੇਕਿਨ ਉਹ ਲਾਗੂ ਨਹੀਂ ਹੋਈ। ਉਸ ਤੋਂ ਬਾਅਦ ਸਰਦਾਰ ਦਲਜੀਤ ਸਿੰਘ ਚੀਮਾ ਜੋ ਐਜੂਕੇਸ਼ਨ ਮਿਨਿਸਟਰ ਬਣੇ, ਔਰ ਉਦੋਂ ਵੀ ਕੋਈ ਜਿਹੜੀ ਪਾਲਿਸੀ ਇਹਦੀ ਲਾਗੂ ਨਹੀਂ ਹੋਈ। ਠੀਕ ਹੈ, ਤੁਸੀਂ ਕਰਤੀ ਐਜੂਕੇਸ਼ਨ ਪਾਲਿਸੀ ਲਾਗੂ? ਮੈਨੂੰ ਕੁਇਕਲੀ ਜਵਾਬ ਦਿਓ, ਟਾਈਮ ਇੰਨਾ ਨਹੀਂ, ਖੜੋ ਨਾ, ਗੱਡੀ ਹੌਲੀ ਹੌਲੀ ਨਾ ਚਲਾਓ, ਬਾਕੀ ਕੋਲ ਵੀ ਜਾਣਾ, ਕਿਰਪਾ ਕਰਕੇ ਕੁਇਕਲੀ ਥੋੜ੍ਹਾ ਤੇਜ਼ੀ ਨਾਲ ਬੋਲੋ, ਸਮਾਂ ਘੱਟ ਹੁੰਦਾ ਆਪਣੇ ਕੋਲੋਂ। ਤੁਸੀਂ ਪਾਲਿਸੀ ਲਾਗੂ ਕਰਤੀ, ਤੁਸੀਂ ਕੀ ਕੀਤਾ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੁਧਾਰਨ ਦੇ ਲਈ, ਸਕੂਲਾਂ ਦੀ ਦਸ਼ਾ ਸੁਧਾਰਨ ਦੇ ਲਈ? ਕੁਇਕਲੀ ਦੱਸੋ। ਇਹ ਪੰਜਾਬ ਸਾਡੇ ਮਾਨਯੋਗ ਮੁੱਖ ਮੰਤਰੀ ਵੱਲੋਂ ਅੰਡਰ ਪ੍ਰੋਸੈਸ ਹੈ, ਮੇਰੇ ਖਿਆਲ ਜਲਦੀ ਇਹ ਲਾਗੂ ਹੋਏ।
ਲਓ ਜਲਦੀ ਲਾਗੂ ਹੋ ਗਏ। 10 ਸਾਲ ਤੁਹਾਡਾ ਤੁਹਾਡੀ ਸਰਕਾਰ ਸੀਗੀ ਭੁੱਲਰ ਸਾਹਿਬ, 10 ਸਾਲ ਦੇ ਵਿੱਚ ਆਪਾਂ ਲਾਗੂ ਨਹੀਂ ਕਰ ਸਕੇ, ਮੰਦਭਾਗੀ ਗੱਲ ਹੈ, ਮੰਨਦੇ ਹੋ? ਇਹਨਾਂ ਦੀ ਤਾਂ ਪ੍ਰੋਸੈਸ 'ਚ ਹੈਗੀ ਹੈ, ਤੁਹਾਡੀ ਕਿੱਥੇ ਸੀਗੀ ਪੋਲਿਸੀ? ਦੇਖੋ ਦੇਖੋ ਮੈਂ ਆ ਰਿਹਾ ਉੱਤੇ। ਹਾਂਜੀ, ਇੱਕ ਤਾਂ ਮੇਰੇ ਖਿਆਲ ਇਹਨਾਂ ਦੇ ਸਾਡੇ ਜਿਹੜੇ ਕਾਂਗਰਸ ਦੇ ਪ੍ਰਵਕਤਾ ਨੇ, ਇਹਨਾਂ ਦੇ ਅੰਕੜੇ ਗਲਤ ਨੇ ਕਿ 25 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, ਆਪਣੇ ਅੰਕੜੇ ਠੀਕ ਕਰਨ। ਹਾਂ, ਜਿੱਥੋਂ ਤੱਕ ਸਵਾਲ ਹੈ ਐਜੂਕੇਸ਼ਨ ਪਾਲਿਸੀ ਦਾ, ਹਾਂ, ਸਾਡੀ ਸਰਕਾਰ ਦੀਆਂ ਚਲੋ ਕੋਈ ਕਮੀਆਂ ਰਹੀਆਂ, ਉਹਦੇ 'ਚ ਅਸੀਂ ਐਕਸੈਪਟ ਕਰਦੇ ਹਾਂ ਉਸ ਚੀਜ਼ ਨੂੰ, ਲੇਕਿਨ ਦੂਜੇ ਪਾਸੇ ਅਗਰ ਅਸੀਂ ਦੇਖੀਏ, ਜਿਹੜਾ ਅਧਿਆਪਕ ਇੱਥੇ ਐਜੂਕੇਸ਼ਨ ਬੋਰਡ ਤੋਂ ਵੀ ਬੈਠੇ ਨੇ ਅਤੇ ਗਰਗ ਸਾਹਿਬ ਵੀ ਬੜੇ ਐਕਸਪਰਟ ਨੇ ਐਜੂਕੇਸ਼ਨ ਦੇ ਵਿੱਚ, ਜਿਹੜਾ ਵੀ ਅਧਿਆਪਕ ਨੌਕਰੀ ਲੈਂਦਾ ਭਾਵੇਂ ਉਹ ਧਰਨੇ ਲਾ ਲਾ ਕੇ ਨੌਕਰੀ ਲੈਂਦਾ ਹੈ, ਲੇਕਿਨ ਉਹਦਾ ਇੱਕੋ ਇੱਕ ਮਕਸਦ ਹੁੰਦਾ ਹੈ ਤਨਖਾਹ ਲੈਣਾ, ਪੜ੍ਹਾਉਣਾ ਨਹੀਂ। ਔਰ ਦੂਜਾ ਉਹਦਾ ਮਕਸਦ ਹੁੰਦਾ ਹੈ ਕਿ ਉਹਦੇ ਘਰ ਦੇ ਨੇੜੇ ਉਹਨੂੰ ਕੋਈ ਜਿਹੜਾ ਸਕੂਲ ਮਿਲੇ ਕਿ ਜਿੱਥੋਂ ਦੀ ਉੱਠ ਕੇ ਜਦੋਂ ਮਰਜ਼ੀ ਉਹ ਜਾ ਸਕੇ ਅਤੇ ਜਦੋਂ ਮਰਜ਼ੀ ਉਹ ਘਰ ਪਹੁੰਚ ਸਕੇ। ਪੜ੍ਹਾਈ ਦੇ ਨਾਲ ਕਿਸੇ ਅਧਿਆਪਕ ਦਾ ਕੋਈ ਰਿਸ਼ਤਾ ਦੂਰ ਦੂਰ ਤੱਕ ਦਾ ਵੀ ਨਹੀਂ ਹੈ। ਔਰ ਇਹੀ ਵਜ੍ਹਾ ਹੈ ਕਿ ਟਾਈਮ ਟੂ ਟਾਈਮ ਸਰਕਾਰਾਂ ਨੇ ਜਿਹੜਾ 5ਵੀਂ ਦਾ ਬੋਰਡ ਦਾ ਪੇਪਰ ਸੀ ਉਹ ਬੰਦ ਕੀਤਾ, 8ਵੀਂ ਦਾ ਬੋਰਡ ਦਾ ਪੇਪਰ ਸੀ ਉਹ ਬੰਦ ਕੀਤਾ, ਹੌਲੀ ਹੌਲੀ 10ਵੀਂ ਦੇ ਜਿਹੜੇ ਬੋਰਡ ਦੇ ਪੇਪਰ ਉਹਦੇ ਗ੍ਰੇਸ ਮਾਰਕ ਦੇਣੇ ਸ਼ੁਰੂ ਕਰਤੇ, ਪਲੱਸ ਟੂ 'ਚ ਗ੍ਰੇਸ ਮਾਰਕ ਦੇਣੇ ਸ਼ੁਰੂ ਕਰਤੇ। ਅਧਿਆਪਕਾਂ ਦੀ ਨਲਾਇਕੀਅਤ ਨੂੰ ਲੁਕਾਉਣ ਦੀ ਖਾਤਰ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈ, ਉਹਨਾਂ ਦੀ ਵੋਟਾਂ ਦੀ ਖਾਤਰ ਕਹਿ ਲਓ ਤੁਸੀਂ, ਜਾਂ ਉਹਨਾਂ ਦੀ ਇੱਕ ਯੂਨੀਅਨ ਜਿਹੜੀ ਹੈਗੀ ਹੈ ਬਹੁਤ ਵੱਡੀ, ਵੀ ਧਰਨੇ ਨਾ ਦੇਣ, ਸਰਕਾਰ ਦੇ ਖਿਲਾਫ਼ ਡਰਾਮੇ ਨਾ ਕ੍ਰੀਏਟ ਕਰਨ, ਕਿਉਂਕਿ ਪਿੰਡ ਪਿੰਡ 'ਚ ਬੈਠੇ ਹੋਏ ਨੇ, ਉਹਨਾਂ ਦੀ ਪੂਰਤੀ ਕਰਨ ਦੀ ਖਾਤਰ ਦੇ ਵਿੱਚ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਹੁੰਦਾ। ਔਰ ਜਿਹੜੇ ਕੋਈ ਸਿਰਕਟ ਉਹਨਾਂ ਵਿੱਚ ਲੀਡਰ ਬਣ ਜਾਂਦੇ ਨੇ ਅਧਿਆਪਕਾਂ 'ਚੋਂ, ਉਹ ਅੱਜ ਘਰਾਂ 'ਚ ਬੈਠੇ ਹੋਏ ਹੀ ਆਪਣੇ ਅਸਿਸਟੈਂਟ ਲਾ ਕੇ, ਜਿਹੜੇ ਕਿ 10ਵੀਂ ਪਾਸ ਨੇ, ਕੋਈ 12ਵੀਂ ਪਾਸ ਹੈ, ਕੋਈ 8ਵੀਂ ਪਾਸ ਹੈ, ਉਹਨਾਂ ਨੂੰ ਸਕੂਲਾਂ 'ਚ ਪੜ੍ਹਾਉਣ ਭੇਜਦੇ ਨੇ ਉਹ। ਇਹਦੇ ਹਾਲ ਹੈ ਅੱਜ ਸਾਡੇ ਸਕੂਲਾਂ ਦਾ, ਇੱਥੋਂ ਤੱਕ ਮਿਆਰ ਟਿਕਿਆ ਹੋਇਆ। ਅਗਰ ਤੁਸੀਂ ਅੱਜ ਅਧਿਆਪਕਾਂ ਦਾ, ਮੈਂ ਕਹਿੰਦਾ ਜਿਹੜਾ ਕੋਈ ਅੰਗਰੇਜ਼ੀ ਦਾ ਵੀ ਅਧਿਆਪਕ ਹੈ, ਉਹਦਾ ਇੱਕ 10ਵੀਂ ਕਲਾਸ ਦਾ ਪੇਪਰ ਲੈ ਲਓ, ਜੇ ਉਹ ਪਾਸ ਕਰਦੇ ਤਾਂ ਤੁਸੀਂ ਨਾਮ ਬਦਲਾ ਦਿਓ। ਹਾਂ, ਇੰਨਾ ਮਾੜਾ ਹਾਲ ਹੈ। ਹਾਂ, ਨਾ ਅੰਗਰੇਜ਼ੀ ਦੇ ਅਧਿਆਪਕਾਂ ਨੂੰ ਅੰਗਰੇਜ਼ੀ ਆਉਂਦੀ ਹੈ, ਨਾ ਮੈਥ ਦੇ ਅਧਿਆਪਕਾਂ ਨੂੰ ਮੈਥ ਆਉਂਦਾ, ਪੰਜਾਬੀ ਦੇ ਨਾਲ ਪੰਜਾਬੀ ਨਹੀਂ ਪੜ੍ਹਾ ਸਕਦੇ। ਪੁੱਲਰ ਸਾਹਿਬ, ਸਿਫਾਰਸ਼ੀ ਭਰਤੀ ਕੀਤੇ ਹੋਏ ਅਧਿਆਪਕ ਨੇ। ਹਾਂ, ਔਰ ਉਹਨਾਂ ਇਹ ਫਿਰ ਹੁਣ ਦਾ ਇਲਾਜ ਕੀ ਹੈ? ਤੁਸੀਂ ਗੱਲ ਬੜੀ ਚੰਗੀ ਕਹੀ ਕਿ ਮਤਲਬ ਕਿ ਤਨਖਾਹਾਂ ਲੈਣ ਲਈ ਆ ਰਹੇ ਆ, ਧੱਕੇ ਨਾਲ, ਧਰਨਿਆਂ ਦੇ ਲਾ ਕੇ, ਸਿਫਾਰਿਸ਼ਾਂ ਦੇ ਨਾਲ ਇਹ ਅਧਿਆਪਕ ਭਰਤੀ ਹੋ ਗਏ, ਮੰਨ ਗਏ ਗੱਲ। ਇਹੀ ਅਧਿਆਪਕ ਜਿਹੜੇ ਹੁਣ ਭਰਤੀ ਹੋ ਰਹੇ ਆ, ਪਹਿਲੇ ਇਹੀ ਸਕੂਲਾਂ ਦੇ 'ਚ ਇਹੀ ਪੜ੍ਹੇ ਸੀਗੇ, ਫਿਰ ਜਿੰਨਾ ਕੁ ਪੜ੍ਹੇ ਸੀ ਉਹਨੇ ਕੁ ਜਾਣਕਾਰੀ ਇਹਨਾਂ ਕੋਲ ਹੈਗੀ, ਉਦੋਂ ਅਧਿਆਪਕ ਬਣ ਗਏ। ਠੀਕ ਹੈ, ਫਿਰ ਹੁਣ ਕਰੀਏ ਕੀ? ਕੱਢ ਦਈਏ ਸਾਰਿਆਂ ਨੂੰ ਬਾਹਰ, ਕੱਢ ਦਈਏ, ਫਿਰ ਨਵੇਂ ਰੱਖੀਏ। ਦੇਖੋ ਦੇਖੋ ਰਿਜ਼ਲਟ ਬੇਸ, ਰਿਜ਼ਲਟ ਬੇਸ ਪ੍ਰਮੋਸ਼ਨ, ਰਿਜ਼ਲਟ ਬੇਸ ਜਿਹੜਾ ਹੈਗਾ ਇਹਨਾਂ ਦਾ, ਜਿਹੜਾ ਰਿਜ਼ਲਟ ਆਉਂਦਾ ਹੈ, ਕਿਉਂਕਿ ਇਹਨਾਂ ਦਾ ਪਰਫਾਰਮੈਂਸ ਬੇਸਡ, ਇਹਨਾਂ ਨੇ ਆਪਣੀ ਪਰਫਾਰਮੈਂਸ ਦਿਖਾਉਣੀ ਕਿਸ ਤਰ੍ਹਾਂ? ਜੇ ਸਕੂਲ ਦਾ ਰਿਜ਼ਲਟ ਚੰਗਾ ਆਊਗਾ, ਉਹਦਾ ਸਟੂਡੈਂਟ ਦਾ ਰਿਜ਼ਲਟ ਚੰਗਾ ਆਊਗਾ, ਤੇ ਤੁਸੀਂ ਉਹਨੂੰ ਠੀਕ ਹੈ ਪ੍ਰਮੋਟ ਕਰੋ, ਉਹਨੂੰ ਅੱਗੇ ਕੈਰੀ ਆਨ ਕਰੋ। ਪਰ ਭੁੱਲਰ ਸਾਹਿਬ, ਉਹਨਾਂ ਵੀ ਤਾਂ ਨਿਕਾਲ ਲਿਆ ਤਰੀਕਾ, ਮਾੜਾ ਹੁੰਦਾ ਹੈ। ਭੁੱਲਰ ਸਾਹਿਬ, ਉਹਨਾਂ ਤਰੀਕਾ ਨਿਕਾਲ ਲਿਆ, ਉਹਨਾਂ ਤਰੀਕਾ ਨਿਕਾਲ ਲਿਆ ਇਹਨਾਂ ਨੇ, ਧੱਕੇ ਨਾਲ ਗ੍ਰੇਸ ਮਾਰਕ ਦੇਣ ਲੱਗ ਗਏ। ਦਰਵਾਜ਼ਾ ਦਿਖਾਓ ਤੁਸੀਂ। ਹਾਂ, ਮੈਂ ਉਹੀ ਕਹਿਣਾ ਕਿ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ, ਜਿਹੜੀਆਂ ਇਹਨਾਂ ਨੂੰ ਇਸ ਗੱਲ ਦੇ ਲਈ ਖੁੱਲ ਦਿੰਦੀਆਂ ਨੇ, ਆਪਣੀ ਗਲਤੀ ਲੁਕਾਉਣ ਵਾਸਤੇ ਜਿਹੜੀਆਂ ਇਹਨਾਂ ਨੂੰ ਖੁੱਲ ਦਿੰਦੀਆਂ ਨੇ, ਵੀ ਤੁਸੀਂ ਠੀਕ ਹੈ ਗ੍ਰੇਸ ਮਾਰਕ ਦੇ ਕੇ ਪਾਸ ਕਰ ਦਿਓ। ਔਰ ਦੂਸਰਾ ਗੌਰਵ ਜੀ, ਇਕੱਲਾ ਸਰਕਾਰੀ ਸਕੂਲਾਂ ਦਾ ਹੀ ਮਾੜਾ ਹਾਲ ਨਹੀਂ ਹੈ, ਅਗਰ ਤੁਸੀਂ ਪ੍ਰਾਈਵੇਟ ਸਕੂਲਾਂ ਵਾਲੇ ਵੀ ਝਾਤ ਮਾਰੋਗੇ, ਬੱਚੇ ਜਿਹੜੇ ਸਰਕਾਰ ਪ੍ਰਾਈਵੇਟ ਸਕੂਲਾਂ 'ਚ ਜਿਹੜੇ ਇੰਨੀ ਫੀਸ ਰਹਿੰਦੇ ਆ, ਪੜ੍ਹ ਕੇ ਘਰ ਨੂੰ ਆਉਂਦੇ ਨੇ ਔਰ ਸ਼ਾਮ ਨੂੰ ਬੱਸਾਂ 'ਚ ਚੱਕੀਓ ਟਿਊਸ਼ਨਾਂ ਪੜ੍ਹਨ ਜਾਂਦੇ ਨੇ। ਬਿਲਕੁਲ ਜਾਂਦੇ, ਬਿਲਕੁਲ ਠੀਕ ਹੈ। ਸਭ ਤੋਂ ਵੱਧ ਟਿਊਸ਼ਨਾਂ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ, ਕਿਉਂਕਿ ਮਤਲਬ ਮਿਆਰ ਚਾਹੇ ਪ੍ਰਾਈਵੇਟ ਸਕੂਲ ਨੇ ਚਾਹੇ ਸਰਕਾਰੀ ਸਕੂਲ ਨੇ, ਦੋਵਾਂ ਥਾਵਾਂ 'ਤੇ ਇੱਕੋ ਜਿਹਾ ਹੀ ਹੈ।
ਫਿਰ ਸਵਾਲ ਵੱਡਾ ਖੜਾ ਹੋ ਗਿਆ, ਫਿਰ ਸਵਾਲ ਇਹ ਖੜਾ ਹੋ ਗਿਆ ਕਿ ਆਪਾਂ ਇਹ ਕੁਆਲਿਟੀ ਇੰਡੈਕਸ, ਭੁੱਲਰ ਸਾਹਿਬ ਇਹਦੇ ਨਾਲ ਇੱਕ ਵੱਡਾ ਸਵਾਲ ਖੜਾ ਹੋ ਗਿਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਠੀਕ ਹੈ। ਬੱਚੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਨੇ ਜਾਂ ਸਰਕਾਰੀ ਪੜ੍ਹਦੇ ਨੇ, ਸਕੂਲਾਂ ਤੋਂ ਬਾਅਦ ਜਦੋਂ ਆਉਂਦੇ ਨੇ ਮਾਂ ਪਿਓ ਉਹਨਾਂ ਨੂੰ ਟਿਊਸ਼ਨਾਂ 'ਤੇ ਭੇਜ ਦਿੰਦੇ ਆ, ਜਾ ਪੁੱਤ ਟਿਊਸ਼ਨ ਪੜ੍ਹ ਲਾ, ਫਿਰ ਕਹਿਣ ਦਾ ਭਾਵ ਇਹ ਹੈ ਜਿਹੜਾ ਕੁਆਲਿਟੀ ਇੰਡੈਕਸ ਐਜੂਕੇਸ਼ਨ ਦਾ ਆਪਾਂ ਇਹਨੂੰ ਸਰਕਾਰੀ ਵਾਲਾ ਮੰਨ ਲਈਏ ਸਕੂਲਾਂ ਵਾਲਾ ਕਿ ਓਵਰਆਲ ਪੰਜਾਬ ਦਾ ਮੰਨ ਲਈਏ, ਸਵਾਲ ਇਹ ਹੈ। ਹੁਣ ਇਹ ਸਵਾਲ ਖੜਾ ਹੋ ਗਿਆ ਗਰਗ ਸਾਹਿਬ, ਗਰਗ ਸਾਹਿਬ ਇਹ ਤਾਂ ਚਾਰੋਂ ਪਾਸੇ ਅਜਿਹਾ ਹੀ ਦਿਖ ਰਿਹਾ, ਬਿਲਕੁਲ ਠੀਕ ਕਹਿ ਰਹੇ ਐਕਚੁਲੀ। ਹਾਂ ਬਿਲਕੁਲ ਠੀਕ ਹੈ, ਮੈਂ ਬਾਲੀਆ ਸਾਹਿਬ ਇਹ ਭੁੱਲਰ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਹਾਂ ਵੀ ਕੁਛ ਨਾ ਕੁਛ ਟੀਚਰ ਦੇ ਲੈਵਲ 'ਤੇ ਘਾਟ ਹੈ, ਕਾਫੀ ਸਾਰੀ ਸੁਪਰਵੀਜ਼ਨ 'ਤੇ ਪੋਲੀਟੀਸ਼ੀਅਨ ਦੀ ਵੀ ਘਾਟ ਹੈ, ਕਿਉਂਕਿ ਪੋਲੀਟੀਸ਼ੀਅਨ ਠੀਕ ਸਹੀ ਕਿਹਾ ਕੋਈ ਵੀ ਪਾਰਟੀ ਹੋਵੇ, ਪਾਰਟੀ ਦਾ ਸਵਾਲ ਨਹੀਂ। ਇਹ ਇੰਡੈਕਸ ਜਿਹੜਾ ਇਹ ਸਰਕਾਰੀ ਸਕੂਲਾਂ ਦਾ, ਪਹਿਲੀ ਗੱਲ ਇਹ ਪ੍ਰਾਈਵੇਟ ਦਾ ਨਹੀਂ ਹੈ, ਇਹ ਦੇ ਵਿੱਚ ਹੀ ਲਿਖਿਆ। ਸੋ ਇਹ ਸਰਕਾਰੀ ਸਕੂਲਾਂ ਦਾ ਇੰਡੈਕਸ ਇਹ ਹੈ, ਪ੍ਰਾਈਵੇਟ ਦਾ ਇਦੋਂ ਬਿਹਤਰ ਹੈ, ਜਦ ਵੀ ਪ੍ਰਾਈਵੇਟ ਦੀ ਹੋਈ ਹੈ ਇਦੋਂ ਥੋੜ੍ਹਾ ਜਿਹਾ ਬਿਹਤਰ ਹੈ, ਪਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੋਰ ਤਰ੍ਹਾਂ ਦੀ ਇੱਕ ਲੁੱਟ ਹੈ ਜਿਹਦੇ ਉੱਤੇ ਦੋਨੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਉਹ ਇੱਕ ਤਾਂ ਟੀਚਰ ਨੂੰ ਤਨਖਾਹ ਬਹੁਤ ਹੀ ਥੋੜ੍ਹੀ ਨਿਗੂਣੀ ਦਿੰਦੇ ਨੇ, ਅਤੇ ਦੂਜੀ ਗੱਲ ਬੱਚਿਆਂ ਤੋਂ ਫੀਸਾਂ ਮਨਾ ਮੂੰਹੀ ਵਧਾ ਕੇ ਲੈਂਦੇ ਨੇ। ਇਹ ਦੋਨਾਂ ਦੇ ਉੱਤੇ ਸਰਕਾਰ ਨੇ ਕਦੇ, ਨਾ ਪਿਛਲੀ ਸਰਕਾਰ ਨੇ ਨਾ ਇਹ ਸਰਕਾਰ ਨੇ, ਕਦੇ ਕੋਈ ਰੀਡਰੈਸਲ ਨਹੀਂ ਕਰਿਆ। ਇਹ ਕਦੇ ਸਰਕਾਰ ਨੇ ਸਵਾਲ ਨਹੀਂ ਖੜਾ ਕਰਿਆ ਕਿ ਜਿਨ੍ਹਾਂ ਨੂੰ ਅਸੀਂ ਇੰਨੀ ਤਨਖਾਹ ਦੇ ਰਹੇ ਹਾਂ ਉਹ ਆਪਣੇ ਬੱਚਿਆਂ ਨੂੰ ਵੀ ਆਪਦੇ ਸਕੂਲ 'ਚ ਪੜ੍ਹਾਉਣ ਨੂੰ ਤਿਆਰ ਨਹੀਂ, ਉਹ ਉਸ ਸਕੂਲ 'ਚ ਬੱਚੇ ਭੇਜ ਰਹੇ ਨੇ ਜਿਹ 'ਚ ਆਪ ਹੀ ਕਹਿੰਦੇ ਉੱਥੇ ਟੀਚਰ ਘੱਟ ਪੜ੍ਹਿਆ ਹੋਇਆ, ਉਹਨੂੰ ਪਤਾ ਨਹੀਂ। ਸੋ ਇਹਨਾਂ ਗੱਲਾਂ ਨੂੰ ਸਾਨੂੰ ਓਵਰਆਲ ਲੈਣਾ ਪਊਗਾ, ਪੋਲੀਟਿਕਸ ਤੋਂ ਉੱਪਰ ਉੱਠ ਕੇ ਲੈਣਾ ਪਊਗਾ। ਐਗਜੈਕਟਲੀ, ਜਿਹੜੀ ਮਰਜ਼ੀ ਪਾਰਟੀ ਹੋਵੇ ਸਾਨੂੰ ਅੱਜ ਸੋਚਣਾ ਪਊਗਾ, ਜੇ ਅਸੀਂ ਐਜੂਕੇਸ਼ਨ ਵਧੀਆ ਦੇਵਾਂਗੇ ਤਾਂ ਸਾਡਾ GDP ਗਰੋ ਕਰੇਗਾ, ਤਾਂ ਸਾਡੇ ਡਾਕਟਰ ਇੰਜੀਨੀਅਰ ਬਾਬੂ ਦਫ਼ਤਰ 'ਚ IAS ਅਫਸਰ ਜਰਨਲਿਸਟ ਵਧੀਆ ਬਣਨਗੇ, ਜੇ ਉਹ ਵਧੀਆ ਬਣਨਗੇ ਤਾਂ ਦੇਸ਼ ਦੀ ਇਕਨੋਮਿਕ ਗਰੋਥ ਹੋਏਗੀ। ਬਿਲਕੁਲ ਠੀਕ, ਦੇਸ਼ ਦੇ ਵਿੱਚ ਬਾਹਰ ਜਾਣਗੇ, ਮਿਡਲ ਈਸਟ 'ਚ ਪੜ੍ਹਾਈ ਕਰਨਗੇ, ਸਾਡਾ ਬੇਸ ਹੈ ਉੱਤੇ ਸਾਨੂੰ ਸਾਰਿਆਂ ਨੂੰ ਸੋਚ ਕੇ ਕਰਨਾ ਪਏਗਾ। ਢਿੱਲੀ ਹੈ, ਕਮਜ਼ੋਰ ਹੈ, ਜੇ ਸਾਡੀ ਫਾਊਂਡੇਸ਼ਨ ਜਿਹੜੀ ਹੈ ਕਮਜ਼ੋਰ ਹੋਏਗੀ, ਢਿੱਲੀ ਹੋਏਗੀ, ਤਾਂ ਕਿਵੇਂ ਆਪਾਂ ਉਹਦੇ ਤੇ ਇਮਾਰਤ ਬਣਾ ਲਾਂਗੇ ਆਪਾਂ। ਬਿਲਕੁਲ ਕਮਜ਼ੋਰ ਹੈ। ਨਿਸ਼ਾਂਤ ਕੁਮਾਰ ਜੁੜੇ ਹੋਏ ਨੇ, ਅਧਿਆਪਕ ਆਗੂ ਨੇ ਆਨੇ, ਮੈਂ ਤੁਹਾਡੇ ਕੋਲ ਸਾਰਿਆਂ ਨੂੰ। ਨਿਸ਼ਾਂਤ, ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ? ਹਾਂਜੀ ਹਾਂਜੀ। ਨਿਸ਼ਾਂਤ, ਹੁਣ ਮੈਂ ਤਾਂ ਨਹੀਂ ਕਹਿ ਸਕਦਾ ਤੁਸੀਂ ਕਿਹੋ ਜਿਹੇ ਅਧਿਆਪਕ ਆਗੂ ਹੈਗੇ ਹੋ, ਪਰ ਜੋ ਤੁਸੀਂ ਬਾਕੀ ਸਾਰੇ ਪੈਨਲਿਸਟ ਨੂੰ ਸੁਣਿਆ, ਇਤਫਾਕ ਰੱਖਦੇ ਹੋ ਇਹਨਾਂ ਦੀਆਂ ਗੱਲਾਂ ਤੋਂ, ਟੀਚਰਾਂ 'ਚ ਵੀ ਕਮੀ ਹੈਗੀ ਹੈ, ਸਰਕਾਰਾਂ ਦੀ ਤਾਂ ਹੈ ਹੀ ਹੈ, ਰਾਧਰ ਸਰਕਾਰਾਂ ਦੀ ਤਾਂ ਨਲੈਕੀ ਹੈ ਮੈਂ ਕਹੂੰਗਾ। ਮੈਂ ਦੇਖੋ ਜੀ, ਭੁੱਲਰ ਸਾਹਿਬ ਨੇ ਇੱਕ ਗੱਲ ਕਹੀ ਕਿ ਟੀਚਰ ਜਿਹੜੇ ਆ ਕਹਿੰਦੇ ਘਰਾਂ ਦੇ ਲਾਗੇ ਜਿਹੜੇ ਆ ਸਕੂਲ ਦੇ ਵਿੱਚ ਆ ਕੇ ਬੈਠਦੇ ਹੈਗੇ ਆ, ਤੇ ਦੂਜੇ ਪਾਸੇ ਗਰਗ ਸਾਹਿਬ ਨੇ ਗੱਲ ਕਹੀ ਕਿ ਸਰਕਾਰੀ ਸਕੂਲ ਦੇ ਜਿਹੜੇ ਅਧਿਆਪਕ ਨੇ ਉਹ ਬਹੁਤ ਜ਼ਿਆਦਾ ਤਨਖਾਹਾਂ ਲੈਂਦੇ ਆ। ਮੈਂ ਪਿਆਰਾ ਲਾਲ ਗਰਗ ਜੀ ਨੂੰ ਤੇ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ, ਭੁੱਲਰ ਸਾਹਿਬ 6,000 ਰੁਪਏ ਦੇ ਉੱਪਰ ਅਸੀਂ ਜਿਹੜੇ ਟੀਚਰ ਆ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਕੰਮ ਕਰ ਰਹੇ ਹਾਂ, ਜੋ ਵੀ 6,000 ਰੁਪਇਆ ਜਿਹੜਾ ਵਾ ਦੋ ਦੋ ਤਿੰਨ ਤਿੰਨ ਮਹੀਨੇ ਦੇ ਵਿੱਚ ਇੱਕ ਵਾਰ ਆਉਂਦਾ ਆ, ਤੇ ਅਸੀਂ ਉਹ ਅਧਿਆਪਕ ਆ ਜਿਹਨਾਂ ਦੀ ਭਰਤੀ 2003 ਦੇ ਵਿੱਚ ਹੋਈ ਸੀ, ਤੇ ਜਿਹੜੇ ਸਰਕਾਰੀ ਸਕੂਲਾਂ ਦੇ ਉਹ ਬੱਚੇ ਜਿਹੜੇ ਗਰੀਬ ਬੱਚੇ ਸੀ ਜਿਹਨੇ ਜਿਹੜੇ ਸਕੂਲਾਂ ਦੇ ਵਿੱਚ ਕਦੀ ਗਏ ਨਹੀਂ ਸੀ ਸਰਕਾਰੀ ਸਕੂਲਾਂ ਦੇ ਵਿੱਚ, ਉਹਨਾਂ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਵਿੱਚ ਲੈ ਕੇ ਆਏ ਹਾਂ, ਉਹਨੇ ਜਿਹੜੇ ਉਸ ਬੱਚਿਆਂ ਨੂੰ ਸਕੂਲਾਂ ਵਿੱਚ ਲੈ ਕੇ ਆਏ ਹਾਂ ਤੇ ਸਕੂਲਾਂ ਵਿੱਚ ਅਸੀਂ ਦਾਖਲ ਕਰਾਇਆ, ਤੇ ਅੱਜ ਉਹ ਵੀ ਬੱਚੇ 10ਵੀਂ ਪਾਸ +2 ਪਾਸ ਕਰਕੇ ਅੱਜ BA ਕਰ ਰਹੇ ਆ, ਤੇ ਭੁੱਲਰ ਸਾਹਿਬ ਕਹਿੰਦੇ ਆ ਕਿ ਜਿਹੜੇ ਸਰਕਾਰੀ ਸਕੂਲ ਦੇ ਟੀਚਰ ਆ ਉਹ ਕੰਮ ਕਰਕੇ ਰਾਜੀ ਨਹੀਂ ਹੈਗੇ, 6,000 ਰੁਪਇਆ ਸਾਨੂੰ ਦੇ ਰਹੇ, ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲਾਂ ਚੱਲ ਰਿਹਾ, ਬਹੁਤ ਸਰਕਾਰ ਦੇ ਜਿਹੜੀਆਂ ਨਲਾਇਕੀਆਂ ਆ, ਤੇ ਭੁੱਲਰ ਗਰਗ ਸਾਹਿਬ ਵੀ ਕਹਿ ਰਹੇ ਆ ਕਿ ਟੀਚਰ ਦੇ ਤਨਖਾਹਾਂ ਬਹੁਤ ਆ। ਗਰਗ ਸਾਹਿਬ, ਜੇ ਤੁਸੀਂ 6,000 ਰੁਪਏ ਦੇ ਵਿੱਚ ਘਰ ਦਾ ਗੁਜ਼ਾਰਾ ਕਰ ਲਓਗੇ ਤੇ ਮੈਂ ਆਪਣਾ ਨਾਂ ਵਟਾ ਦੂੰਗਾ। ਭੁੱਲਰ ਸਾਹਿਬ, ਭੁੱਲਰ ਸਾਹਿਬ ਦਾ ਜਵਾਬ ਲੈ ਲਈਏ, ਕਹਿਣਾ ਕੁਛ ਚਾਹ ਰਹੇ, ਮੈਂ ਗਰਗ ਸਾਹਿਬ ਕੋਲ ਵੀ ਆ ਰਿਹਾ, ਬਾਕੀਆਂ ਕੋਲ ਵੀ ਆ ਰਿਹਾ।
ਭੁੱਲਰ ਸਾਹਿਬ 50-50 ਹਜ਼ਾਰ ਤਨਖਾਹ ਹੈਗੀ ਆ ਵਾੜੀਆ ਸਾਹਿਬ, ਗੌਰਵ ਸਾਹਿਬ 50-50 ਹਜ਼ਾਰ ਰੁਪਇਆ ਤਨਖਾਹ ਹੈਗੀ ਆ ਟੀਚਰਾਂ ਦੀ, ਔਰ ਟੀਚਰਾਂ ਨੇ ਅੱਗੇ 5-5-6-6 ਹਜ਼ਾਰ ਦੇ ਉੱਤੇ 10ਵੀਂ ਪਾਸ 12ਵੀਂ ਪਾਸ ਨਿਆਣੇ ਜਿਹੜੇ ਆ ਉਹਨਾਂ ਨੂੰ ਟੀਚਰ ਬਣਾ ਕੇ ਰੱਖਿਆ ਹੋਇਆ, ਆਪ ਤਾਂ ਘਰੋਂ ਨਹੀਂ ਨਿਕਲਦੇ ਜਿਹਨਾਂ ਦੀ 50-50 ਹਜ਼ਾਰ ਤਨਖਾਹ ਹੈ, ਉਹਨਾਂ ਦਾ ਸਕੂਲ ਜਾਂਦਾ ਟਾਈਮ ਹੀ ਨਹੀਂ ਹੈਗਾ ਉਹਨਾਂ ਦੇ ਕੋਲ। ਲਓ ਉਹ ਕਹਿੰਦੇ 50,000 ਤਨਖਾਹ, 10-10 ਹਜ਼ਾਰ ਚ ਬੰਦੇ ਅੱਗੇ ਆਊਟਸੋਰਸ ਕਰਕੇ ਲਾਏ ਹੋਏ ਆ, ਤੁਹਾਨੂੰ ਪੂਰੇ ਟੀਚਰ ਲੱਭ ਜਾਣ। ਉਹ ਕਹਿੰਦੇ ਕੰਮ ਕਰਕੇ ਤਾਂ ਵੈਸੇ ਰਾਜੀ ਨਹੀਂ, ਤਨਖਾਹਾਂ ਹੀ ਨਹੀਂ ਜ਼ਿਆਦਾ ਦਿੱਤੀਆਂ ਸਰਕਾਰਾਂ ਨੇ ਤਾਂ ਹੀ ਸਾਰੇ ਟੀਚਰ ਬਣਨ ਨੂੰ ਫਿਰਦੇ ਆ। ਇੱਕ ਮਿੰਟ ਗਰਗ ਸਾਹਿਬ, ਟੀਚਰ ਜਦੋਂ ਮੇਰੀ ਗੱਲ ਸੁਣੋ, ਇੱਕ ਮਿੰਟ ਗਰਗ ਸਾਹਿਬ, ₹6,000 ਠੀਕ ਆ ਤਨਖਾਹ ਮਿਲਦੀ ਆ। ਦੂਜੇ ਬੰਨੇ ਸਰਕਾਰ ਦੀਆਂ ਇਹਨਾਂ ਲਾਕੀਆਂ ਦੇ ਕਾਰਨ ਅਧਿਆਪਕਾਂ ਦੇ ਘਰ ਜਿਹੜੇ ਤਬਾਹ ਹੋ ਚੁੱਕੇ ਆ, ਕਈ ਅਧਿਆਪਕ ਇਹੋ ਜਿਹੇ ਆ ਜੋ ਸਕੂਲ ਟਾਈਮ ਤੋਂ ਬਾਅਦ ਪਾਰਟ ਟਾਈਮ ਕੰਮ ਕਰਦੇ ਆ। ਮੈਂ ਖੁਦ ਜਿਹੜਾ ਸਕੂਲ ਟਾਈਮ ਤੋਂ ਬਾਅਦ ਆਟੋ ਚਲਾਉਣਾ ਹੈਗਾ ਕਿਰਾਏ ਤੇ ਲੈ ਕੇ, ਇਹ ਦੱਸੋ ਭੁੱਲਰ ਸਾਹਿਬ ਇੱਦਾਂ ਦਾ ਜਵਾਬ ਦੇਣਗੇ, ਗਰਗ ਸਾਹਿਬ ਜਵਾਬ ਦੇਣਗੇ। ਸਰਕਾਰ 10-10 ਸਾਲ ਹੋ ਗਏ ਸਾਨੂੰ ਸਰਕਾਰ ਦੇ ਸਰਕਾਰੀ ਸਕੂਲਾਂ ਦੇ ਸਵਾਵਾ ਬਣਾਉਂਦੇ ਹੋਏ, ਸਰਕਾਰ ਹਰ ਵੇਲੇ ਕਹਿ ਰਹੀ ਹੈ ਤਰਾਜ਼ਦੀ ਹੈ ਨਾ, ਇਹ ਤਰਾਜ਼ਦੀ ਹੈ। ਚਲੋ ਤੁਹਾਨੂੰ 6000 ਮਿਲ ਰਿਹਾ ਤਾਂ ਮੈਂ ਤਾਂ ਮੰਨ ਲੈਣਾ ਕਿ 6000 ਮਿਲ ਰਿਹਾ, ਦੈਟ ਇਜ਼ ਵੈਰੀ ਅਨਫੋਰਚੁਨੇਟ। ਮੰਦ ਭਾਗਾ ਕਿ ਤੁਹਾਨੂੰ 6 ਮਿਲ ਰਿਹਾ, 45 ਵਾਲੇ ਵੀ ਹੈ, ਫਿਰ 30 ਵਾਲੇ ਵੀ ਹੈ, ਤਾਂ ਵੱਖ ਵੱਖ ਕੈਟੇਗਰੀਜ਼ ਹੈਗੀਆਂ। ਗਰਗ ਸਾਹਿਬ ਬਿਹਤਰ ਹੈ ਕਿ ਉਹ ਇਲੈਬੋਰੇਟ ਕਰ ਦੇਣਗੇ, ਪਰ ਮੰਦ ਭਾਗ ਹੈ, ਤੁਸੀਂ ਘਰ ਚਲਾਉਣ ਦੇ ਲਈ ਸਵੇਰੇ 6000 ਆਟੋ ਚਲਾਉਂਦੇ ਹੋ, ਫਿਰ ਤੁਹਾਡਾ ਵੀ ਗਿਆਨ ਕਿਵੇਂ ਹੋਏਗਾ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ? ਦੇਖਿਆ ਜਾਵੇ ਤਾਂ ਜੇ ਤੁਸੀਂ ਮੈਂਟਲੀ ਤੁਸੀਂ ਪ੍ਰਿਪੇਅਰ ਨਹੀਂ ਹੋ, ਸਹੀ ਨਹੀਂ ਹੋ, ਕਿਵੇਂ ਪੜ੍ਹਾਓਗੇ ਬੱਚਿਆਂ ਨੂੰ? ਸਵਾਲ ਇਹ ਖੜਾ ਹੋ ਜਾਂਦਾ। ਗਰਗ ਸਾਹਿਬ ਕੁਝ ਐਡ ਕਰਨਾ ਚਾਹ ਰਿਹਾ? ਇਸੇ ਤੋਂ ਪਤਾ ਲੱਗਦਾ ਵੀ ਅਸੀਂ ਕਿੰਨੇ ਬੇਚੈਨ ਆ ਕਿ ਸਾਨੂੰ ਗੱਲ ਕਰਨ ਦੇ ਤੌਰ ਤਰੀਕੇ ਚ ਵੀ ਨਹੀਂ ਆਉਂਦੀ। ਪਹਿਲੀ ਗੱਲ ਇਹ ਜ਼ਰੂਰ ਹੋਊਗਾ ਇਹਨਾਂ ਦੀ 6000 ਤਨਖਾਹ ਆਲਟਰਨੇਟਿਵ ਐਜੂਕੇਸ਼ਨ ਜਿਹੜੀ ਹੈ ਉਹਦੇ 'ਚ ਸ਼ਾਇਦ ਇਹ ਹੋਣ। ਉਹਦਾ ਟੋਟਲ 7000 ਬੰਦਾ ਹੈ ਪੰਜਾਬ 'ਚ ਜਿਹੜੇ ਰੈਗੂਲਰ ਟੀਚਰ ਨੇ, ਵੱਖ ਵੱਖ ਕੈਟਾਗਰੀਆਂ ਦੇ ਵਿੱਚ ਜਿਹੜੇ ਰੈਗੂਲਰ ਨੇ ਉਹ 85,000 ਹੈ। ਉਹ 85,000 ਨੂੰ ਕਿਸੇ ਨੂੰ 70,000, ਕਿਸੇ ਨੂੰ 80,000 ਤਨਖਾਹ ਮਿਲਦੀ ਹੈ। ਜਿਹੜੇ ਸੀ ਪਾਈਟ ਦੇ ਅੰਡਰ ਸੀਗੇ ਟੀਚਰ, ਜਿਹੜੇ ਟੀਚਰ SSA ਦੇ ਅੰਡਰ ਸੀ, ਹੁਣੀ ਪਿੱਛੇ ਤੁਸੀਂ ਐਸੇ ਟੀਵੀ ਤੇ ਬਹਿਸ ਹੋ ਰਹੀ ਸੀ ਕਿ ਜੀ ਸਾਡੀ 50,000 ਤੋਂ ਤਨਖਾਹ ਘਟਾ ਕੇ 15,000 ਕਰ ਦਿੱਤੀ, ਤੇ ਇਹ 6000 ਤੋਂ ਤਾਂ 15,000 ਤਾਂ ਇਹਨਾਂ ਨੂੰ ਚੰਗੀ ਹੋਣੀ ਸੀ। ਸੋ ਇਹ ਜਿਹੜੀਆਂ ਤੱਥ ਨੇ, ਇੱਥੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਮੀਡੀਆ 'ਚ ਇੱਕ ਗੱਲ ਇਹਨਾਂ ਨੇ ਚੰਗੀ ਵੀ ਕਰੀ ਹੈ ਕਿ ਜੀ ਟੀਚਰਾਂ ਦਾ ਵੀ ਕਸੂਰ ਹੈ। ਮੈਂ ਸਰਕਾਰ ਨੂੰ ਇਹ ਨਹੀਂ ਕਹਿੰਦਾ ਕਿ ਸਰਕਾਰ ਕਸੂਰਵਾਰ ਨਹੀਂ ਹੈ, ਸਰਕਾਰ ਜ਼ਰੂਰ ਕਸੂਰਵਾਰ ਹੈ, ਪਰ ਟੀਚਰਾਂ ਦੀ ਮੈਜੋਰਟੀ, ਕਿਉਂਕਿ ਉਹ ਲੋਕਾਂ ਨੂੰ ਲੀਡ ਕਰਦੇ ਨੇ, ਉੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਨੇ, ਟੀਚਰ ਬਹੁਤ ਸਾਰੇ ਐਸੇ ਹੈਗੇ ਨੇ ਜਿਹੜੇ ਚੰਗਾ ਕੰਮ ਕਰਦੇ ਨੇ, ਉਹਨਾਂ ਨੇ ਸਕੂਲ ਸੁਧਾਰੇ ਨੇ ਅਤੇ ਸਕੂਲ ਸੁਧਰ ਸਕਦੇ ਨੇ। ਇਹਨਾਂ ਦੇ ਤਨਖਾਹਾਂ ਦੀ ਲੜਾਈ ਆਪਣੀ ਲੜਾਈ ਆ, ਲੜਨਾ ਚਾਹੀਦਾ ਹੈ, ਡਟ ਕੇ ਲੜਨਾ ਚਾਹੁੰਦਾ। ਮੈਂ ਵੀ ਐਸੋਸੀਏਸ਼ਨ ਦਾ ਲੀਡਰ ਹਾਂ, ਪਰ ਇਹਦਾ ਮਤਲਬ ਇਹ ਨਹੀਂ ਵੀ ਮੈਂ ਹਸਪਤਾਲ 'ਚ ਕੰਮ ਨਹੀਂ ਕਰਾਂਗਾ। ਰਾਤ ਨੂੰ ਆਪਦੀ ਡਿਊਟੀ ਕਰਕੇ ਤਾਂ ਦਿਨ ਨੂੰ ਜਾਂਦਾ ਸੀ, ਦਿਨ ਨੂੰ ਡਿਊਟੀ ਕਰਕੇ ਰਾਤਾਂ ਨੂੰ ਟਰੈਵਲ ਕਰਦਾ ਸੀ। ਜਿੰਨਾ ਚਿਰ ਅਸੀਂ ਇਹ ਗੱਲ ਨਹੀਂ ਫੈਸਲਾ ਕਰਦੇ ਵੀ ਇੱਕ ਪਾਸੇ ਸਾਡੀ ਡਿਊਟੀ ਹੈ,
ਦੂਜੇ ਪਾਸੇ ਸਾਡੇ ਹੱਕ ਨੇ, ਦੋਨੇ ਬਰਾਬਰ ਚੱਲਣਗੇ। ਬਿਲਕੁਲ ਠੀਕ, ਡਿਊਟੀ ਦੀ ਲੜਾਈ ਡਿਊਟੀ ਕਰਨੀ ਹੈ ਪੂਰੀ, ਹੱਕਾਂ ਦੀ ਲੜਾਈ ਹੱਕ ਤੇ ਲੜਨੀ ਹੈ, ਨਹੀਂ ਤਾਂ ਨਹੀਂ ਹੋਣਾ। ਵਾਲੀਆ ਸਾਹਿਬ, ਹਾਂਜੀ ਪਗੜੀ, ਗੱਲ ਇਹ ਹੈ ਵੀ ਟੀਚਰ ਨੂੰ ਪੜ੍ਹਾਉਣ ਲਈ ਇਹੋ ਜਿਹਾ ਮਾਹੌਲ ਚਾਹੀਦਾ ਜਿਹਦੇ ਵਿੱਚ ਟੀਚਰ ਬੜੇ ਆਰਾਮ ਨਾਲ, ਬੜੇ ਪੀਸਫੁੱਲ ਢੰਗ ਦੇ ਨਾਲ ਬੱਚਿਆਂ ਨੂੰ ਪੜ੍ਹਾਵੇ। ਜਦੋਂ ਟੀਚਰ ਪੜ੍ਹਾਊਗਾ ਉਹਨੂੰ ਆਪਣੀ ਰੋਟੀ ਰੋਜੀ ਦਾ ਹੀ ਫਰਕ ਪਿਆ ਰਹਿਣਾ ਵੀ ਮੈਨੂੰ 6000 'ਚ ਮੈਂ ਕੀ ਕਰੂੰਗਾ ਜਾਂ 7000 'ਚ ਕੀ ਕਰੂੰਗਾ। ਜਿਹੜੇ ਸਰਕਾਰੀ ਟੀਚਰ ਹੈ ਉਹਨਾਂ ਦੇ ਵੀ ਬਹੁਤ ਸਾਰੀਆਂ ਪ੍ਰੋਬਲਮ ਹੈ, ਉਹ ਵੀ ਲਗਾਤਾਰ ਸਰਕਾਰ ਦੇ ਨਾਲ ਅੱਡਾ ਲਾ ਕੇ ਬੈਠੇ ਹੈ। ਜਿੱਥੇ ਤੱਕ ਸਵਾਲ ਹੈਗਾ ਵੀ ਜਿਹੜੇ ਭਰਤੀ ਜਿਹੜੀ ਹੈ ਟੀਚਰ ਦਸ ਦਸ ਦਸਵੀਂ ਪਾਸ ਵਾਲੇ ਜਿੰਨੇ ਟੀਚਰ ਰੱਖੇ ਹੋਏ ਆ, ਉਹ ਬਕਾਇਦਾ ਟੈਸਟ ਦੇ ਕੇ ਰੱਖੇ ਹੈ, ਯੋਗਤਾ ਟੈਸਟ ਲਿਆ, ਫਿਰ ਵਿਸ਼ੇ ਦਾ ਟੈਸਟ ਲਿਆ, ਜਿਹੜੇ ਉਹਨਾਂ ਵਿੱਚੋਂ ਪਾਸ ਹੋ ਸਾਰੇ ਟੀਚਰ ਉਹ ਕੰਮ ਕਰਦੇ ਆ। ਇਹ ਕਹਿਣਾ ਤਾਂ ਗਲਤ ਹੈ ਵੀ ਸਰਕਾਰ ਜਿਹੜਾ ਟੀਚਰ ਆ ਅਨਪੜ੍ਹ ਹੈ ਜਾਂ ਉਹਨਾਂ ਨੂੰ ਕੁਛ ਆਉਂਦਾ ਜਾਂਦਾ ਨਹੀਂ, ਇਹ ਵੀ ਗੱਲ ਠੀਕ। ਮੈਂ ਸਹਿਮਤ ਹਾਂ ਵੀ ਕੁਛ ਟੀਚਰ ਅਜਿਹੇ ਹੈਗੇ ਆ, ਪਰ ਕਈ ਜਿਹੜੀ ਜ਼ਿਆਦਾ ਮਤ ਆ ਉਹ ਚੰਗੇ ਗੁਣਵੰਤ ਚੀਜ਼ ਆ, ਪਰ ਉਹਨਾਂ ਨੂੰ ਚੰਗਾ ਮਾਹੌਲ ਤਾਂ ਦਿਓ। ਸਰਕਾਰ ਉਹਨਾਂ ਨੂੰ ਚੰਗਾ ਪ੍ਰਬੰਧ ਕਰਕੇ ਦੇਵੇ, ਸਕੂਲਾਂ ਦਾ ਪ੍ਰਬੰਧ ਕਰਕੇ ਦੇਵੇ, ਬੈਠਣ ਦਾ ਸਿਸਟਮ ਠੀਕ ਕਰਕੇ ਦੇਵੇ, ਤੇ ਉਹਨਾਂ ਨੂੰ ਰੋਟੀ ਮਾਲਵਿੰਦਰ ਜੀ ਜਵਾਬ ਹੈਗਾ, ਕੋਈ ਜਵਾਬ ਹੈਗਾ? ਪ੍ਰਬੰਧ ਕਰਨ ਦੀ ਗੱਲ ਕਹੀ ਮੈਂ ਆਹਨਾ ਪੁੱਲਰ ਸਾਹਿਬ, ਇਨਫਰਾਸਟ੍ਰਕਚਰ ਦੀ ਉਹਨਾਂ ਨੇ ਗੱਲ ਕਹੀ, ਚੰਗਾ ਮਾਹੌਲ ਸਿਰਜਣ ਦੀ ਗੱਲ ਕਹੀ, ਇਹ ਸਾਰਾ ਕੌਣ ਦੇਗਾ? ਤੁਸੀਂ ਦੱਸੋ ਨਾ, ਸਰਕਾਰ ਤੁਹਾਡੀ ਹੈ, ਉਹਨਾਂ ਦੇ ਨਾ ਪਾਉਣਾ, ਉਹ 10 ਸਾਲ ਰਹਿ ਗਏ, ਗਲਤੀਆਂ ਹੋ ਗਈ, ਲੋਕਾਂ ਨੇ ਲਾਂਭੇ ਕਰਤਾ, ਹੁਣ ਤੁਸੀਂ ਉਹ, ਤੁਹਾਡੇ ਤੋਂ ਉਮੀਦ ਹੈ, ਤੁਹਾਨੂੰ ਹੀ ਜਵਾਬ ਦੇਣਾ ਪਏਗਾ ਹਰ ਚੀਜ਼ ਦਾ, ਹੁਣ ਤਾਂ ਦਿਓ ਨਾ। ਮੈਂ ਟੀਚਰ ਸਾਹਿਬਾਨ ਤੋਂ ਇਹ ਪੁੱਛਣਾ ਚਾਹੁੰਦਾ ਕਿ 6 ਜਾਂ 7 ਹਜ਼ਾਰ ਦੀ ਤਨਖਾਹ ਦੀ ਗੱਲ ਕਰ ਰਹੇ ਹੈ, ਨਾਲ ਇਹ ਵੀ ਦੱਸਣ ਕਿ ਅੱਜ ਜਿਹੜੀਆਂ ਪ੍ਰਾਈਵੇਟ ਜਿਹੜੇ ਟਿਊਸ਼ਨ ਸੈਂਟਰ ਖੁੱਲ੍ਹੇ ਆ ਉਹਨਾਂ ਤੋਂ ਜਿਹੜੀ ਅਨਲਿਮਿਟਿਡ ਕਮਾਈ ਹੋ ਰਹੀ, ਇਹਨਾਂ ਦਾ ਧਿਆਨ ਸਾਰਾ ਉੱਧਰ ਪ੍ਰਾਈਵੇਟਾਈਜੇਸ਼ਨ ਵੱਲ ਹੈ, ਨਾ ਕਿ ਵੀ ਬੱਚਿਆਂ ਦੀ ਜਿਹੜੀ ਹੈ ਉਹ ਚੰਗੀ ਸਿੱਖਿਆ ਵੱਲ ਹੈ। ਹੁਣ ਤੁਸੀਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਤੀ ਤਾਂ ਫਿਰ ਤੁਸੀਂ ਹੁਣ ਆਪ ਹੀ ਉਹਦੇ 'ਚ ਪੰਗਾ ਲੈ ਲਿਆ। ਹੁਣ ਸਵਾਲ ਇਹ ਹੈਗਾ ਕਿ ਤੁਹਾਡੇ 'ਤੇ ਇਲਜ਼ਾਮ ਹੈਗੇ ਆ ਪ੍ਰਾਈਵੇਟਾਈਜ਼ ਕਰਨ ਦਾ, ਉਸਨੂੰ ਹੋਰ ਜ਼ਿਆਦਾ ਹੁੰਗਾਰਾ ਦੇਣ ਦਾ, ਤੁਹਾਡੇ 'ਤੇ ਇਲਜ਼ਾਮ ਲੱਗਦੇ ਆ, ਜਵਾਬ ਦਿਓ ਫਿਰ ਉਹਦੇ ਬਾਰੇ। ਗਰੀਬਾਂ ਦੇ ਬੱਚੇ ਪੜ੍ਹਦੇ ਆ ਤਾਂ ਤੁਸੀਂ ਚੱਜ ਨਾਲ ਉਹਨਾਂ ਨੂੰ ਪੜ੍ਹਾਉਂਦੇ ਨਹੀਂ ਹੈਗੇ, ਇਸ ਕਰਕੇ ਚੰਗੇ ਟੀਚਰ ਉੱਥੇ ਲਾਉਂਦੇ ਨਹੀਂ ਹੈਗੇ, ਇਸੇ ਕਰਕੇ ਇਨਫਰਾਸਟ੍ਰਕਚਰ ਦਿੰਦੇ ਨਹੀਂ ਹੈਗੇ, ਇਸੇ ਕਰਕੇ ਗਰੀਬਾਂ ਦੇ ਇਲਜ਼ਾਮ ਲੱਗਦੇ ਆ। ਤੁਸੀਂ ਆਪ ਹੀ ਗੱਲ ਕੀਤੀ, ਜਵਾਬ ਦਿਓ। ਬੰਦ ਹੋ ਜਾਣਗੇ ਸਕੂਲਾਂ ਦਾ ਵਰਗੀਕਰਨ ਕੀਤਾ ਜਾਂਦਾ, ਮੁੱਦਾ ਚੁੱਕ ਲਿਆ ਨਾ ਤਾਂ ਫਿਰ ਹੁਣ ਜਵਾਬ ਹੋ ਗਏ, ਤੁਸੀਂ ਆਪਣੀ ਸਰਕਾਰ ਦਾ ਵੀ ਆਪਣੀ ਗੱਲ ਕਰੋ ਨਾ। ਤੁਸੀਂ ਇੱਕ ਮਿੰਟ ਵਾਲਿਆ ਸਾਹਿਬ, ਸਿੱਖਿਆ ਦਾ ਮਾਮਲਾ ਇੱਕ ਦੂਜੇ ਦੀ ਸਰਕਾਰ ਤੇ ਨਾ ਪਾਇਆ ਜਾਵੇ, ਤੁਸੀਂ ਇਹਨਾਂ ਨੂੰ ਪੁੱਛ ਲਿਆ ਕੋਈ ਸੈਂਟਰ ਦੀ ਗੱਲ ਕਰਦੇ ਆ, ਸਾਹਮਣੇ ਸਾਰੇ ਦੱਸੋ ਖਾਣੇ ਵਿੱਚ ਚੱਕੇ ਬੱਟੇ ਨਹੀਂ। ਇੱਕ ਮਿੰਟ ਹੋਲਡ ਆਨ, ਇੱਕ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ। ਹਾਂ, ਇੱਕ ਮਿੰਟ ਰੁਕ ਜਾਓ ਮਾਲਵਿੰਦਰ ਜੀ, ਆਪਣੀ ਗੱਲ ਕਰੋ। ਇਹ ਇਹਨਾਂ ਨੂੰ ਪੁੱਛ ਲਾਂਗੇ ਕਿ ਕਿਹੜਾ ਕੋਚਿੰਗ ਸੈਂਟਰ ਖੋਲ੍ਹਿਆ, ਪਾਰਕ 'ਚ ਬੱਚਿਆਂ ਨੂੰ ਬਹਿ ਕੇ ਪੜ੍ਹਾਉਂਦੇ ਆ, ਘਰ 'ਚ ਕਰਦੇ ਆ, ਕਿਰਾਏ 'ਚ ਦੁਕਾਨ ਲਿੱਤੀ ਆ, ਕਿੱਥੇ ਪੜ੍ਹਾਉਂਦੇ ਆ, ਜਾਂ ਇਹ ਆਟੋ ਚਲਾਉਂਦੇ ਆ, ਬਾਕੀ ਇਹਦੇ ਸਾਰਿਆਂ ਦਾ ਪੁੱਛ ਲਾਂਗੇ। ਪਹਿਲੇ ਆਪਣਾ ਦੱਸ ਦਿਓ, ਤੁਸੀਂ ਆਪਣੀ ਸਰਕਾਰ ਦੀ ਗੱਲ ਕਰੋ ਪਹਿਲਾਂ, ਸਰਕਾਰ ਤੁਸੀਂ ਹੋ ਨਾ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, 90% ਜਿਹੜੇ 90% ਅੱਜ ਜਿਹੜੇ ਟੀਚਰ ਆ ਉਹ ਟੋਟਲੀ ਉਹਨਾਂ ਦਾ ਧਿਆਨ ਟਿਊਸ਼ਨ ਵਾਲਾ, ਸਕੂਲ ਦੇ ਵਿੱਚ ਧਿਆਨ ਘੱਟ ਹੁੰਦਾ ਪੜ੍ਹਾਉਣ ਦਾ। ਤੁਹਾਡਾ ਧਿਆਨ ਕਿੱਥੇ ਹੈ? ਸਰਕਾਰ ਦਾ ਧਿਆਨ ਕਿੱਥੇ ਹੈ? ਸਰਕਾਰ ਦਾ ਧਿਆਨ ਦੱਸ ਦਿਓ ਤੁਸੀਂ, ਤੁਹਾਨੂੰ ਵਿਰੋਧੀ ਪਾਰਟੀ ਦੱਸ ਦੇਣਗੇ, ਵੈਸੇ ਤੁਸੀਂ ਆਪਣਾ ਦੱਸ ਦਿਓ, ਤੁਹਾਡਾ ਧਿਆਨ ਕਿੱਥੇ ਹੈ? ਤੁਸੀਂ ਸਿਰਫ 3% ਜਿਹੜਾ ਹੈਗਾ ਬਜਟ ਰੱਖਦੇ ਹੋ ਸਿੱਖਿਆ ਦਾ, 3.25% ਦੇ ਵਿੱਚ ਪੜ੍ਹਾ ਲਓਗੇ ਸਾਰੇ ਬੱਚਿਆਂ ਨੂੰ? ਵੈਸੇ ਕਹਿੰਦੇ ਗਰੀਬੀ ਦੂਰ ਕਰਨੀ ਹੈ, ਆਹ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਨਹੀਂ, ਜੇ ਇਹਨਾਂ ਨੂੰ ਵੀ ਪੜ੍ਹਾ ਲਓਗੇ ਗਰੀਬੀ ਵੈਸੇ ਦੂਰ ਹੋ ਜਾਏਗੀ। ਗਰਗ ਸਾਹਿਬ ਨੇ ਜਿਵੇਂ ਕਿਹਾ ਸਮਾਜ ਤਾਂ ਹੀ ਵਧੀਆ ਬਣਨਾ, ਜੇ ਬਾਕੀ ਜਿਹੜੇ ਕਮਾਉਂਦੇ ਆ ਉਹ ਤਾਂ ਲਗਾਤਾਰ ਸਿੱਖਿਆ ਦਾ ਘੱਟ ਰਿਹਾ ਹੈ।
ਆ ਤੁਹਾਡੇ ਸਾਹਮਣੇ ਸਾਰੇ ਦੱਸ ਦਿੱਤਾ, ਕੋਈ ਇੱਕ ਜਵਾਬ ਨਹੀਂ ਦਿੱਤਾ ਗਿਆ ਮਾਲਵਿੰਦਰ ਜੀ ਦਾ, ਕੋਈ ਇੱਕ ਜਵਾਬ ਨਹੀਂ ਹੈ ਸਾਡੇ ਪ੍ਰਧਾਨ ਮੰਤਰੀ ਅੱਜ ਸਾਡੇ ਜੇ ਪ੍ਰਧਾਨ ਮੰਤਰੀ ਜੀ ਗੱਲ ਕਰ ਰਹੇ ਆ ਵੀ ਕੋਈ ਵੀ ਪ੍ਰੋਗਰੈਸ ਲਈ ਟਾਈਮ ਚਾਹੀਦਾ ਅਤੇ ਉਹ ਟਾਈਮ ਕਾਂਗਰਸ ਨੂੰ ਵੀ ਨਾਲ ਚਾਹੀਦਾ। ਇਹ ਜਿਹੜਾ ਸ਼ੋਰਟ ਟਾਈਮ 'ਚ ਕਾਂਗਰਸ ਆਈ ਹੈ, ਪਹਿਲਾਂ 1966 ਤੋਂ ਬਾਅਦ 25 ਸਾਲ ਅਕਾਲੀ ਭਾਜਪਾ ਨੇ ਰਾਜ ਕੀਤਾ, ਉਦੋਂ ਕੋਈ ਇਹਨਾਂ ਨੇ ਪੋਲਸੀ ਨਹੀਂ ਬਣਾਈ। ਹਾਂ ਨਹੀਂ, ਤੁਹਾਨੂੰ ਟਾਈਮ ਚਾਹੀਦਾ ਭੁੱਲਰ ਸਾਹਿਬ, ਇਹਨਾਂ ਨੂੰ ਹੋਰ ਟਾਈਮ ਚਾਹੀਦਾ, ਮਤਲਬ ਕਿ ਅਗਲੇ 25 ਸਾਲ ਦੇ ਦਿਓ ਫਿਰ ਇਹਨਾਂ ਨੂੰ, 2.5 ਸਾਲ ਹੈਗੇ ਆ। ਗੱਲ ਇਸ ਤਰ੍ਹਾਂ ਹੈ ਗੌਰਵ ਜੀ, ਗੌਰਵ ਜੀ ਮੈਂ ਸਰਕਾਰ ਦੇ ਉੱਤੇ ਤਾਂ ਕੋਈ ਟਿੱਪਣੀ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਲੰਬੀ ਗੱਲ ਚਲੀ ਜਾਣੀ ਹੈ, ਡਿਬੇਟ ਦਾ ਬਹੁਤ ਲੰਬਾ ਸਮਾਂ ਮੈਂ ਲੈ ਜਾਊਂਗਾ। ਇਹ ਸਰਕਾਰ ਨੇ ਜੇ ਕੋਈ ਵਾਧਾ ਕੀਤਾ ਤਾਂ ਡਰੱਗਸ ਦੇ ਕੰਮ 'ਚ, ਕਾਰੋਬਾਰ 'ਚ ਵਾਧਾ ਕੀਤਾ, ਜਾਂ ਕਿਸਾਨਾਂ ਦੀਆਂ ਸੁਸਾਈਡ ਜਿਹੜੀਆਂ ਨੇ ਉਹ 'ਚ ਵਾਧਾ ਕੀਤਾ। ਇਸ ਤੋਂ ਸਿਵਾਏ ਸਰਕਾਰ ਦਾ ਕਿਸੇ ਪਾਸੇ ਕੋਈ ਧਿਆਨ ਨਹੀਂ ਹੈ, ਨਾ ਹੀ ਕਿਸੇ ਲੀਡਰ ਦਾ, ਨਾ ਇਹਨਾਂ ਦੇ ਮੁੱਖ ਮੰਤਰੀ ਦਾ, ਨਾ ਪ੍ਰਸ਼ਾਸਨਿਕ ਤੌਰ ਦੇ ਉੱਤੇ ਕਿਸੇ ਬਿਊਰੋਕਰੇਟ ਦਾ। ਸਾਰੇ ਆਪਣੇ ਆਪਣੀਆਂ ਰੋਟੀਆਂ ਸੇਕ ਰਹੇ ਨੇ, ਆਪਣਾ ਟਾਈਮ ਟਪਾ ਰਹੇ ਨੇ, ਡੰਗ ਟਪਾ ਕੇ 2.5 ਸਾਲ ਜਿਹੜੇ ਇਹਨਾਂ ਨੇ ਇਸ ਤਰ੍ਹਾਂ ਕੱਢ ਲੈਣੇ ਆ। ਮੈਂ ਕਿਸਾਨਾਂ ਵਾਸਤੇ 4800 ਕਰੋੜ ਰੁਪਈਆ, ਕੋਈ ਕਿਹੜਾ 4800 ਕਰੋੜ ਰੁਪਇਆ ਹੈ ਜਿਹੜੇ ਕਰਜ਼ੇ ਉਹਨਾਂ ਦੇ ਉਤਾਰੇ ਗਏ, ਉਹ ਛੱਡਿਆ ਕਰੋ, ਦੱਸੋ ਕਿਹੜੀ ਸਰਕਾਰ ਨੇ ਪਹਿਲਾਂ ਛੱਡਿਆ ਕਰੋ 1600 ਕਰੋੜ ਦਿੱਤਾ ਸਾਰਾ ਤੁਸੀਂ। ਇਸ ਤਰ੍ਹਾਂ ਹੈ ਕਿ ਜਿਹੜੇ ਟੀਚਰ ਇੱਥੇ ਲੀਡਰ ਲੈ ਕੇ ਆਉਂਦੇ ਨੇ ਟੀਚਰਾਂ ਦੇ, ਮੈਂ ਸਿਰਫ ਉਹਨਾਂ ਦੀ ਗੱਲ, ਕਿਉਂਕਿ ਉਹਨਾਂ ਦਾ ਅੱਜ ਜਿਹੜਾ ਅਸੀਂ ਗੱਲ ਕਰ ਰਹੇ ਹਾਂ, ਮੈਂ ਸਿਰਫ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ, 6000 ਤੋਂ ਲੈ ਕੇ ਅਗਰ ਉਹਨਾਂ ਨੂੰ 6000 ਮਿਲ ਰਿਹਾ ਤਾਂ ਸਾਰਿਆਂ ਨੂੰ 6000 ਨਹੀਂ ਮਿਲ ਰਿਹਾ, 1,32,000 ਦੇ ਕਰੀਬ ਟੀਚਰ ਨੇ, ਔਰ ਟੀਚਰਾਂ ਨੂੰ ਸਾਰੇ ਹਿੰਦੁਸਤਾਨ 'ਚ ਸਭ ਤੋਂ ਵੱਧ ਤਨਖਾਹਾਂ ਜਿਹੜੀਆਂ ਨੇ ਅੱਜ ਪੰਜਾਬ 'ਚ ਮਿਲ ਰਹੀਆਂ, ਜਿਹੜੇ ਰੈਗੂਲਰ ਟੀਚਰ ਨੇ ਉਹਨਾਂ ਨੂੰ ਘੱਟ ਨਹੀਂ ਮਿਲ ਰਹੀਆਂ ਹੈਗੀਆਂ। ਬਿਲਕੁਲ, ਅਸੀਂ ਪਿਛਲੇ 10 ਸਾਲ ਸਾਡੀ ਸਰਕਾਰ ਸੀ, ਉਸ ਤੋਂ ਪਹਿਲਾਂ ਹੀ 5 ਸਾਲ ਸਰਕਾਰ ਸੀ, ਔਰ ਸਾਡੇ ਕੋਲ ਹਰ ਸਾਲ ਲੰਬੀਆਂ ਲਿਸਟਾਂ ਆਉਂਦੀਆਂ ਸੀਗੀਆਂ ਟੀਚਰਾਂ ਦੀਆਂ ਕਿ ਮੇਰੀ ਬਦਲੀ ਕਰਕੇ ਜੀ ਆ ਨੇੜੇ ਕਰ ਦਿਉ, ਫਲਾਣੇ ਪਿੰਡ 'ਚ ਕਰ ਦਿਉ, ਔਰ ਇੱਕ ਇੱਕ ਟੀਚਰ ਜਿਹੜਾ ਸੀ ਹਰ ਸਾਲ ਆਪਣੀ ਬਦਲੀ ਵਾਸਤੇ ਅਰਜੀ ਦਿੰਦਾ ਸੀਗਾ। ਕੋਈ ਨਵੀਂ ਗੱਲ ਨਹੀਂ ਸੀ, ਕੋਈ ਟੀਚਰ ਐਸਾ ਨਹੀਂ ਜਿਹੜਾ ਇਹ ਕਹੇ ਕਿ ਮੈਨੂੰ ਇਸੇ ਪਿੰਡ 'ਚ ਰਹਿਣ ਦਿਉ, ਔਰ 70% ਅਰਜ਼ੀਆਂ ਜਿਹੜੀਆਂ ਇਹ ਆਉਂਦੀਆਂ ਸੀ ਜਿਹੜੇ ਸ਼ਹਿਰਾਂ 'ਚ ਜਾਣ ਨੂੰ ਫਿਰਦੇ ਸੀਗੇ, ਪਿੰਡਾਂ 'ਚ ਪੜ੍ਹਾਉਣਾ ਨਹੀਂ ਚਾਹੁੰਦਾ ਕੋਈ। ਔਰ ਅੱਜ ਤੁਸੀਂ ਮੋਹਾਲੀ ਦਾ ਹਾਇਰ ਸੈਕੰਡਰੀ ਸਕੂਲ ਜਿਹੜੇ ਨੇ ਉਹਨਾਂ ਜਾ ਕੇ ਚੈੱਕ ਕਰ ਲਓ, ਐਕਸੈਸ ਟੀਚਰ ਨੇ, ਜੇ ਉੱਥੇ 20 ਚਾਹੀਦੇ ਤਾਂ ਅੱਜ ਉੱਥੇ 40 ਨੇ, ਕਿਉਂਕਿ 20 ਟੀਚਰ ਤਾਂ ਉਹ ਨੇ ਜਿਹੜੇ ਅਫਸਰਾਂ ਦੀਆਂ ਘਰਵਾਲੀਆਂ ਨੇ ਜਿਨ੍ਹਾਂ ਨੇ ਸਕੂਲ ਅਟੈਂਡ ਕਰਨਾ ਹੀ ਨਹੀਂ ਕਦੀ, ਔਰ ਉਹਨਾਂ ਨੂੰ ਕੋਈ ਸਵਾਲ ਕਰ ਹੀ ਨਹੀਂ ਸਕਦਾ। ਮੇਰੇ ਨਾਲ ਐਜੂਕੇਸ਼ਨ ਬੋਰਡ ਵਾਲੇ ਬੈਠੇ ਹੈ, ਕਹੇ 10 ਦਿਨ ਜੇ ਨਹੀਂ ਹੈਗੇ 10 ਦਿਨ, ਕੋਈ ਆਈ ਜੀ ਦੀ ਘਰਵਾਲੀ ਹੈ, ਕੋਈ ਕਿਸੇ ਪੋਲੀਟੀਕਲ ਲੀਡਰ ਦੀ ਘਰਵਾਲੀ ਹੈ, ਕੋਈ IAS ਅਫਸਰ ਦੀ ਘਰਵਾਲੀ ਹੈ, ਜਿਹੜੀਆਂ ਕਦੀ ਸਕੂਲ ਜਾ ਕੇ ਵੜਦੀਆਂ ਨੇ, ਉਹਨਾਂ ਨੂੰ ਕੋਈ ਕੁਐਸਚਨ ਨਹੀਂ ਹੋ ਸਕਦਾ। ਨਹੀਂ, ਇੱਕ ਤਾਂ ਉਹ ਪੜਾਉਂਦੇ ਨਹੀਂ, ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ, ਲਾਂਡਰਾ ਇੱਕ ਤਾਂ ਪੜਾ ਰਹੀ ਹੈ, ਅਗਰ ਪੜਾ ਰਹੇ ਨੇ ਤੇ ਜਿਹੜਾ ਪੜਾ ਰਹੇ ਨੇ ਦੇਖੋ, ਅਸੀਂ ਖਬਰ ਵੀ ਲਾਈ, ਮੈਂ ਕੋਈ ਹਿੱਸਾ ਨਹੀਂ ਲਿਆ, ਇਹਦੇ ਹਾਲਾਤ ਲਾਂਡਰਾ ਸਕੂਲਾਂ ਵਿੱਚ ਬੈਠੀ ਆ ਇਸ ਦੇ ਘਰ ਵਾਲੀ ਆਉਂਦੀ ਹੋਣੀ ਹੈਗੀ, ਸਕੂਲੇ ਨਹੀਂ ਆਉਂਦੀ, ਖਾਤ ਧਰਨੇ ਦੇਣ ਤੋਂ ਕਿੰਨੀ ਮੰਦ ਭਾਗੀ ਗੱਲ ਹੈ, ਇਹ ਰਸੂਖਦਾਰਾਂ ਦੇ ਘਰ ਵਾਲੇ ਜਿਹੜੇ ਅਜਿਹਾ ਕਰ ਰਹੇ ਨੇ, ਕਿੰਨੀ ਮੰਦ ਭਾਗੀ ਗੱਲ ਹੈ, ਇੱਕ ਸਟੇਟ ਦਾ ਭਵਿੱਖ ਜਿਹੜਾ ਹੈ ਉਹ ਬਣਨ ਤੋਂ ਰੋਕ ਰਹੇ ਨੇ, ਆਪਣੇ ਘਰਾਂ 'ਚ ਬੈਠੇ ਨੇ, ਸਕੂਲਾਂ 'ਚ ਨਹੀਂ ਜਾ ਰਹੇ, ਸਾਰਾ ਸਿਫਾਰਸ਼ੀ ਕੰਮ। ਮਾਲਵਿੰਦਰ ਜੀ, ਕਾਂਗਰਸ ਕੋਲ ਜਵਾਬ ਹੈਗਾ ਕੋਈ ਕਿ ਨਹੀਂ, ਜਾਂ ਨਕਾਰ ਦਿਓ, ਕਹਿ ਦਿਓ ਝੂਠ ਬੋਲ ਰਹੇ ਬਾਕੀ ਸਾਰੇ, ਕੋਈ ਜਵਾਬ ਨਹੀਂ ਸਰਕਾਰ ਦੇ ਕੋਲੋਂ, ਕੋਈ ਜਵਾਬ ਨਹੀਂ ਹੈ। ਗੌਰਵ ਜੀ, ਪਹਿਲਾਂ ਤੁਸੀਂ ਐਜੂਕੇਸ਼ਨ ਬੋਰਡ ਤੋਂ ਜਿਹੜੇ ਪ੍ਰਵਕਤਾ ਆਏ ਨੇ, ਉਹਨਾਂ ਨੂੰ ਪੁੱਛੋ ਜਰਾ ਤੁਸੀਂ ਕਿ ਇਹ ਝੂਠ ਹੈ, ਉਹ ਤਾਂ ਕਹਿ ਹੀ ਰਹੇ। ਅੱਜ ਪੰਜਾਬ ਦੇ ਵਿੱਚ ਆਪਾਂ ਵਿਦੇਸ਼ਾਂ ਦੇ ਨਾਲ ਜਿਹੜੇ ਸਾਡੇ ਟੀਚਰ ਉਹਨਾਂ ਦਾ ਮੁਕਾਬਲਾ ਕਰ ਲਈਏ, ਪਲੀਜ਼ ਮੇਰੀ ਗੱਲ ਸੁਣੋ। ਅੱਜ ਇੱਕ ਸਕੂਲ ਟਾਈਮ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਜਿਹੜੇ ਟੀਚਰ ਨੇ, ਉਹ ਸਕੂਲ ਤੋਂ ਬਾਅਦ ਬੱਚਿਆਂ ਨੂੰ ਜਿਹੜਾ ਉੱਥੇ ਉਹ ਐਜੂਕੇਟ ਕਰਦੇ ਆ, ਘੰਟਾ ਡੇਢ ਜਿਸ ਸਬਜੈਕਟ ਦੇ ਵਿੱਚ ਬੱਚਾ ਕਮਜ਼ੋਰ ਹੁੰਦਾ ਉਹਨੂੰ ਐਜੂਕੇਸ਼ਨ ਦਿੰਦੇ ਆ। ਪੰਜਾਬ ਦੀ ਗੱਲ ਕਰ ਲਓ ਜੀ, ਪੰਜਾਬ ਤੁਸੀਂ ਕੀ ਦੇ ਰਹੇ ਹੋ, ਤੁਸੀਂ ਐਜੂਕੇਸ਼ਨ ਨਹੀਂ ਦੇ ਰਹੇ,
ਤੁਸੀਂ ਕਿਸਾਨਾਂ ਨੂੰ ਚੰਗੀ ਜ਼ਿੰਦਗੀ ਨਹੀਂ ਦੇ ਰਹੇ, ਤੁਸੀਂ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਦੇ ਰਹੇ। ਸਾਡੇ ਸਕੂਲ, ਸਾਡੇ ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਬੱਚਿਆਂ ਦਾ ਕਸੂਰ ਕੀ ਹੈ? ਇੱਕ ਸਵਾਲ ਦਾ ਜਵਾਬ ਦੇ ਦਿਓ, ਸਾਰੇ ਦੇ ਦਿਓ, ਸਾਰੇ ਦੇ ਦਿਓ। ਜਿਹੜੇ ਸਕੂਲਾਂ 'ਚ ਬੱਚੇ ਪੜ੍ਹਦੇ ਉਹਨਾਂ ਦਾ ਕਸੂਰ ਕੀ ਹੈਗਾ? ਇੱਕ ਸਵਾਲ ਦਾ ਜਵਾਬ ਦੇ ਦਿਓ ਬਸ। ਕੀ ਹੋ ਰਿਹਾ ਐਜੂਕੇਸ਼ਨ ਦੇ ਵਿੱਚ? ਐਜੂਕੇਸ਼ਨ ਦੇ ਵਿੱਚ ਕਿਹਨੂੰ ਦਿੱਤੀ ਹੈ? ਬਿਆਨ ਸਿੰਘ ਦੀ, ਬਿਆਨ ਸਿੰਘ ਦੀ ਔਲਾਦ ਤੋਂ ਬਗੈਰ ਕਿਹਨੂੰ ਦਿੱਤੀ? 19,000 ਨੌਕਰੀਆਂ ਜਿਹੜੀਆਂ ਕਰਕੇ, ਕਿਹੜੀ 19,000 ਨੌਕਰੀ ਦਿੱਤੀ ਹੈ? ਕਿਹੜੇ ਮਹਿਕਮੇ ਨੇ ਦਿੱਤੀ ਦੱਸੋ ਤੁਸੀਂ? ਪੁੱਲਰ ਸਾਹਿਬ ਇੱਕ ਮਿੰਟ, ਗਰਗ ਸਾਹਿਬ ਦਾ ਪੁਆਇੰਟ ਲੈ ਕੇ ਆ ਰਹੇ, ਸਮਾਂ ਘਟਦਾ ਜਾ ਰਿਹਾ। ਗਰਗ ਸਾਹਿਬ ਇੱਕ ਸਵਾਲ ਮਾਲਵਿੰਦਰ ਜੀ ਟਾਈਮ ਘੱਟ ਹੈਗਾ, ਲੋਕਾਂ ਦਾ ਵੀ ਟਾਈਮ ਖਰਾਬ ਕਰੀਏ ਆਪਾਂ, ਕਿਰਪਾ ਕਰਕੇ ਜੋ ਲੋਕ ਦੇਖ ਰਹੇ ਨੇ ਪਲੀਜ਼। ਆਲ ਰਾਈਟ ਗਰਗ ਸਾਹਿਬ, ਇਹਨਾਂ ਨੇ ਗਲਤ ਕਿਹਾ। ਕੋਈ 95% ਟਿਊਸ਼ਨ ਨਹੀਂ ਕਰਦੇ ਟੀਚਰ, ਕੋਈ ਟੀਚਰ, ਕੋਈ ਤਾਮਾ ਬਿਰਲਾ ਟਿਊਸ਼ਨ ਕਰਦਾ ਹੋਏਗਾ, ਸਰਕਾਰੀ ਸਕੂਲਾਂ ਦੇ ਟੀਚਰ ਟਿਊਸ਼ਨ ਨਹੀਂ ਕਰਦੇ। ਇਹ ਗਲਤ ਐਲੀਗੇਸ਼ਨ ਹੈ। ਇਹਨਾਂ ਦਾ ਐਲੀਗੇਸ਼ਨ ਇਹ ਵੀ ਗਲਤ ਹੈ ਕਿ ਉੱਥੇ ਇਨਫਰਾਸਟ੍ਰਕਚਰ ਨਹੀਂ। ਇਸੇ ਰਿਪੋਰਟ ਦੇ ਵਿੱਚ ਹੈ ਕਿ ਪੰਜਾਬ ਦੇ 98% ਸਕੂਲਾਂ ਦੇ ਵਿੱਚ ਪੂਰੀ ਇਨਫਰਾਸਟ੍ਰਕਚਰ ਜਿਹੜੀ ਚਾਹੀਦੀ ਹੈ, ਠੀਕ ਹੈ, ਕੁਝ ਸਕੂਲਾਂ 'ਚ ਨਹੀਂ ਹੈਗੀ। ਇਹ ਉੱਥੇ ਬਾਥਰੂਮ ਵੀ ਨੇ, ਇਹ ਹੈ। ਸਵਾਲ ਇਹ ਹੈ ਕਿ ਇਹਦੇ ਵਿੱਚ ਸਾਰਿਆਂ ਨੂੰ ਰਲ ਕੇ ਕਰਨ ਦੀ ਲੋੜ ਹੈ। ਜਿੱਥੋਂ ਤੱਕ ਬਜਟ ਦਾ ਸਵਾਲ ਹੈ, 47,000 ਰੁਪਇਆ ਪ੍ਰਤੀ ਬੱਚਾ, ਪੰਜਾਬ ਦੇ 22.5 ਲੱਖ ਬੱਚਾ ਜਿਹੜਾ ਉਹ ਸਰਕਾਰੀ ਸਕੂਲਾਂ 'ਚ ਪੜ੍ਹਦਾ ਹੈ, ਅਤੇ 33 ਲੱਖ, 33.5 ਲੱਖ ਪੜ੍ਹਦਾ ਪ੍ਰਾਈਵੇਟ 'ਚ। ਜਿਹੜਾ 22.5 ਲੱਖ ਬੱਚਾ ਉਹਦੇ ਵਾਸਤੇ 1,12,432 ਟੀਚਰ ਨੇ, ਅਤੇ ਪ੍ਰਤੀ ਬੱਚਾ ਜਿਹੜਾ ਸਕੂਲ ਐਜੂਕੇਸ਼ਨ 'ਤੇ ਖਰਚ ਹੋ ਰਿਹਾ ਹੈ ਉਹ 47,000 ਰੁਪਇਆ ਸਾਲ ਦਾ ਖਰਚ ਹੋ ਰਿਹਾ ਹੈ। ਸੋ ਇਸ ਕਰਕੇ ਐ ਨਹੀਂ ਹੈ, ਇੰਨਾ ਪੈਸਾ ਖਰਚ ਹੋਣ ਦੇ ਬਾਵਜੂਦ ਵੀ ਬੱਚੇ ਨੂੰ ਪੜ੍ਹਾਈ ਨਹੀਂ ਮਿਲ ਰਹੀ ਬਣਾਇਆ ਜਾਂਦਾ। ਗਰਗ ਸਾਹਿਬ, ਦਿਸ ਇਜ਼ ਵੈਰੀ ਅਨਫੋਰਚੂਨੇਟ। ਉਹਦੇ ਵਿੱਚ ਦੋ ਗੱਲਾਂ ਨੇ। ਇੱਕ, ਮੈਂ ਵਾਲਿਆ ਸਾਹਿਬ, ਇੱਕ ਮਿੰਟ, ਵਾਲਿਆ ਜੀ ਨਿਸ਼ਾਨ ਦੇ, ਇੱਕ ਮਿੰਟ, ਗਰਗ ਸਾਹਿਬ ਕੁਝ ਕਹਿ ਰਹੇ, ਪੁਆਇੰਟ ਇੰਪੋਰਟੈਂਟ ਹੈਗਾ, ਇੱਕ ਮਿੰਟ, ਤੁਹਾਡਾ ਪੁਆਇੰਟ ਮਿਲ ਹੀ ਗਿਆ, ਠੀਕ ਹੈ। ਜਿਹੜੇ ਟੀਚਰ ਨੇ ਆਪਦੀ ਗੱਲ ਕਰਨੀ ਹੈ, ਉਹ ਕਿਸੇ ਲੀਡਰ ਨੇ ਆਪਦੀ ਲੀਡਰੀ ਐਸਟੈਬਲਿਸ਼ ਕਰਨੀ ਹੋਵੇ, ਉਹਨੂੰ ਸਕੂਲ ਅਤੇ ਹਸਪਤਾਲ ਹੀ ਮਿਲਦੇ ਨੇ, ਉੱਥੇ ਐਜੂਕੇਸ਼ਨ ਕਰ ਦਿੰਦਾ, ਸਕੂਲ 'ਚ ਜਾ ਕੇ ਦਖਲਅੰਦਾਜ਼ੀ ਕਰਦਾ। ਪੋਲੀਟੀਕਲ ਦਖਲਅੰਦਾਜ਼ੀ ਆ ਜਿਹੜੀ ਸਕੂਲਾਂ ਦੇ ਵਿੱਚ, ਉਹਨੇ ਖਰਾਬ ਕਰਿਆ ਸਕੂਲਾਂ ਨੂੰ। ਦੂਜੀ ਗੱਲ, ਉਹਦੇ ਵਿੱਚੋਂ ਫਿਰ ਟੀਚਰ ਜਿਹੜੇ ਨੇ ਉਹ ਵੀ ਉਸੇ ਪਾਸੇ ਨੂੰ ਤੁਰਦੇ ਨੇ। ਫਿਰ ਥਾਂ ਕਿਹੜੀ ਛੱਡੀ ਆ ਜਿੱਥੇ ਸਿਆਸਤ ਨਹੀਂ ਹੁੰਦੀ? ਸਕੂਲਾਂ 'ਚ ਵੀ ਸਿਆਸਤ, ਥਾਣਿਆਂ 'ਚ ਵੀ ਸਿਆਸਤ, ਦਫ਼ਤਰਾਂ 'ਚ ਵੀ ਸਿਆਸਤ, ਉਹ ਕੋਈ ਥਾਂ ਤਾਂ ਛੱਡ ਦਿਓ, ਹਰ ਥਾਂ ਤੇ ਸਿਆਸਤ। ਛੋਟੇ ਛੋਟੇ ਬੱਚੇ ਆ ਪੜ੍ਹਨ ਵਾਸਤੇ ਆ ਰਹੇ ਆ, ਤੁਸੀਂ ਆਪਣੀ ਘਰਵਾਲੀਆਂ ਲਾਤੀਆਂ, ਆਪਣੇ ਭਰਾ ਭਤੀਜੇ ਲਾਤੇ ਉੱਥੇ, ਜਿਨ੍ਹਾਂ ਨੇ ਪੜ੍ਹਾਉਣਾ ਹੀ ਹੈ ਨਹੀਂ ਕਰੀ। ਸਿਆਸੀਪਣ ਬੰਦ ਕਰੋ, ਸਿਆਸੀਕਰਨ ਕੀਤਾ ਜਾ ਰਿਹਾ। ਪਹਿਲੇ ਕਹਿੰਦੇ ਸੀ ਪੁਲਿਸ ਦਾ ਸਿਆਸੀਕਰਨ ਹੋ ਰਿਹਾ ਸੀਗਾ, ਸਰਕਾਰੀ ਮਸ਼ੀਨਰੀ ਦਾ ਹੋ ਰਿਹਾ ਸੀਗਾ, ਹੁਣ ਸਕੂਲਾਂ ਦਾ ਵੀ ਕਰਤਾ। ਇਨਫਰਾਸਟ੍ਰਕਚਰ ਇਹ ਦੱਸੋ, ਇਨਫਰਾਸਟ੍ਰਕਚਰ ਦਿੱਤਾ ਕਿੰਨੇ ਆ? ਇਨਫਰਾਸਟ੍ਰਕਚਰ ਦਿੱਤਾ ਕਿੰਨੇ ਆ? ਵਾਲੀਆ ਜੀ, ਇਹਨਾਂ ਨੇ ਪੁੱਛਿਆ ਗਰਗ ਸਾਹਿਬ ਨੇ, ਇਨਫਰਾਸਟ੍ਰਕਚਰ ਦਿੱਤਾ ਕਿੰਨੇ ਆ? ਇਨਫਰਾਸਟ੍ਰਕਚਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਖੁਦ, ਜਿਹੜਾ ਬੱਚਾ ਜਿਹੜਾ ਵਾ ਸੈਲਫ ਮੇਡ ਸਮਾਰਟ ਸਕੂਲ ਅਧਿਆਪਕਾਂ ਨੇ ਬਣਾਏ ਹੈਗੇ ਆ। ਦੂਜੇ ਬੰਨੇ ਸਾਡੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ, ਜਿਹੜੇ ਹਰ 2 ਮਹੀਨੇ ਬਾਅਦ ਮੀਟਿੰਗ ਅੱਜ ਕਾਂਗਰਸ ਕੋਲੋਂ ਕੋਈ ਜਵਾਬ ਨਹੀਂ ਹੈਗਾ। ਦੇਖੋ ਵੱਡੀ ਗੱਲ ਹੈ, ਕਿੰਨੀ ਮੰਦਭਾਗੀ ਗੱਲ ਹੈ। ਕਾਂਗਰਸ ਓਕੇ, ਸੂਬਾ ਸਰਕਾਰ ਦੇ ਪ੍ਰਵਕਤਾ ਬੈਠੇ ਆ, ਉਹਨਾਂ ਕੋਲ ਜਵਾਬ ਕੋਈ ਨਹੀਂ। ਸਾਹਿਬ ਇੱਕ ਮਿੰਟ, ਵਾਲਿਆ ਜੀ, ਵਾਲੇ ਹਰ ਮੀਟਿੰਗ ਤੇ ਕ੍ਰਿਸ਼ਨ ਕੁਮਾਰ ਜੀ ਕਹਿੰਦੇ ਦਾਨੀ ਸੱਜਣਾ ਕੋਲੋਂ ਸਮਾਨ ਲਓ।
ਮਾਲਵਿੰਦਰ ਜੀ ਕੋਈ ਤੁਸੀਂ ਕੋਈ ਤੁਸੀਂ ਵਧੀਆ ਜਵਾਬ ਦਿੱਤਾ ਨਹੀਂ, ਜਵਾਬ ਨਹੀਂ ਤੁਹਾਡੇ ਕੋਲੋਂ ਕੋਈ ਵੀ। 18ਵੇਂ ਨੰਬਰ ਤੇ ਸੂਬਾ ਕਿਵੇਂ ਆ ਗਿਆ, ਉਹਦਾ ਕੋਈ ਜਵਾਬ ਨਹੀਂ ਤੁਹਾਡੇ ਕੋਲੋਂ। ਬੱਚਿਆਂ ਨੂੰ ਪੜ੍ਹਾਇਆ ਹੀ ਨਹੀਂ ਜਾ ਰਿਹਾ ਕੁਛ, ਪੜ੍ਹਾਈ ਦੇ ਨਾਮ ਦੇ ਉੱਪਰ ਤੁਸੀਂ ਪਤਾ ਨਹੀਂ ਕੀ ਕਰਦੇ ਹੋ, ਉਹਨਾਂ ਨੂੰ ਕੀ ਬਿਠਾਉਂਦੇ ਰਹਿੰਦੇ ਸਾਰਾ ਦਿਨ, ਜਾਂ ਸਕੂਲਾਂ ਦੇ ਵਿੱਚ ਪਾਣੀ ਪੂਣੀ ਢਵਾਉਂਦੇ ਰਹਿੰਦੇ, ਕੀ ਕਰਦੇ ਹੋ ਸਰ? ਦੇਸ਼ ਦਾ ਦੇਸ਼ ਸਰ, ਪਿਛਾਂ ਇੱਕ ਮਿੰਟ ਮਾਲਵਿੰਦਰ ਜੀ, ਪਿਛਾਂ ਇੱਕ ਮਿੰਟ, ਪਿਛਾਂ ਮਾਲਵਿੰਦਰ ਜੀ ਦੇਖੋ ਜਵਾਬ ਲੈ ਲਈਏ ਆਪਾਂ। ਨਹੀਂ ਨਹੀਂ, ਇਹ ਸਾਰੇ ਸਾਰੇ ਸਕੂਲ ਜਿਹੜੇ 2 ਸਾਲਾਂ 'ਚ ਜਿਹੜੇ ਬਣੇ, ਜਿਹੜੀ 10 ਸਾਲ ਪਿੱਛੇ ਭਾਜਪਾ ਸਰਕਾਰ ਰਹੀ, ਅਕਾਲੀ ਭਾਜਪਾ, ਉਹਨਾਂ ਨੇ ਕੁਛ ਕੀਤਾ ਨਹੀਂ, ਹੁਣ ਇਹਨੂੰ ਥੋੜ੍ਹਾ ਟਾਈਮ ਤਾਂ। ਮਾਲਵਿੰਦਰ ਜੀ ਨਹੀਂ, ਇਹ ਤਾਂ ਰਿਪੋਰਟ ਵੀ ਉਹਨਾਂ ਦੀ ਹੈ, ਇਹ ਤਾਂ ਰਿਪੋਰਟ ਵੀ ਉਹਨਾਂ ਦੀ ਹੈ 18ਵੇਂ ਨੰਬਰ ਦੀ। ਅਸੀਂ ਤਾਂ ਹਾਲੇ ਫਿਰ ਵੀ ਨਹੀਂ ਕਿਹਾ ਸਿਆਸੀ ਗੱਲ ਤਾਂ ਕੀਤੀ ਕੋਈ ਨਹੀਂ, ਹਾਲੇ ਤਾਂ ਸਿਆਸੀ ਗੱਲ ਕੀਤੀ ਕੋਈ ਨਹੀਂ, ਹਾਲੇ ਤਾਂ ਆਪਾਂ ਸਿਆਸੀ ਗੱਲ ਤੇ ਗਏ ਨਹੀਂ ਇਸ ਟਰੈਕ ਦੇ ਉੱਪਰ, ਕਿਉਂਕਿ ਆਪਾਂ ਮੁੱਦੇ 'ਚ ਡਿਸਕਸ ਕਰ ਰਹੇ ਹਾਂ। ਮੰਤਰੀ ਬਣਾਇਆ ਸੀ ਕਿਸੇ ਨੂੰ, ਹਾਂ ਗੌਰਵ ਜੀ, ਗੌਰਵ ਜੀ ਇਹਨਾਂ ਨੇ ਐਜੂਕੇਸ਼ਨ ਮਿਨਿਸਟਰ ਬਣਾਇਆ, ਹਾਂ, ਤੇ ਨਾਲ ਕੁਰਸੀ ਡਾ ਕੇ ਬਹਿ ਗਿਆ ਉਹਦਾ ਹਸਬੈਂਡ, ਕਿ ਮਿਨਿਸਟਰੀ ਤੇ ਮੈਂ ਚਲਾਉਣੀ ਹੈ। ਹਾਂ ਤੇ ਦੇਖੋ ਮਦਭਾਗੀ ਜਿਹੜੀ ਗੱਲ ਹੈ, ਜਿਹਨੂੰ ਮੰਤਰੀ ਬਣਾਇਆ ਗਿਆ ਉਹਦਾ ਘਰਵਾਲਾ ਨਾਲ ਬੈਠ ਕੇ ਮਿਨਿਸਟਰੀ ਚਲਾਉਣੀ ਸ਼ੁਰੂ ਕਰਤੀ ਉਹਨੇ, ਜਿਹਦੇ 'ਚ ਇੰਟਰਫੇਰੈਂਸ ਕਰਨਾ ਪਿਆ ਮੁੱਖ ਮੰਤਰੀ ਨੂੰ ਜਦੋਂ ਅਖਬਾਰਾਂ 'ਚ ਆ ਗਿਆ। ਹਾਂ ਏਦਾਂ ਚੱਲਦਾ ਸਿੱਖਿਆ ਵਿਭਾਗ ਨਹੀਂ, ਸਿੱਖਿਆ ਵਿਭਾਗ ਇਸ ਤਰ੍ਹਾਂ ਚੱਲੇਗਾ, ਇਸ ਤਰ੍ਹਾਂ ਬੱਚੇ ਪੜ੍ਹਨਗੇ? ਨਹੀਂ ਇਹ ਦੱਸੋ ਨਾ ਤੁਸੀਂ, ਪਹਿਲਾਂ ਏਦਾਂ ਪੜ੍ਹਾਓਗੇ ਬੱਚਿਆਂ ਨੂੰ? ਨਹੀਂ ਗਰੀਬ ਦੇ ਬੱਚੇ ਤਾਂ ਗਲਤੀ ਹੋ ਗਈ ਉਹਨਾਂ ਦੀ, ਨਹੀਂ ਗਲਤੀ ਕਰਨੀ ਉਹਨਾਂ ਨੇ ਸ਼ੁਰੂ ਹੋਏ। ਨਿਸ਼ਾਂਤ ਓਕੇ ਨਿਸ਼ਾਂਤ ਓਕੇ, ਗਿਰ ਸਾਹਿਬ ਵਾਲੀ ਜੀ ਪ੍ਰੀ ਸੇਵਾ ਸਿੰਘ ਸੇਖਵਾਂ ਸੀਗੇ, ਦਲਜੀਤ ਚੀਮਾ ਸੀਗੇ, ਤੁਹਾਡੀ ਵੀ ਅਰੁਣਾ ਚੌਧਰੀ ਸੀਗੀ, ਓਪੀ ਸੋਨੀ ਸੀਗੇ, ਵਿਜੇਂਦਰ ਸਿੰਗਲਾ, ਇਹਨਾਂ ਨੇ ਕੀ ਕਰ ਲਿਆ ਉਹਨਾਂ ਦੇ ਗਿਣਾ ਤੇ? ਮੇਰੇ ਕੋਲ ਸਮਾਂ ਖਤਮ ਹੋ ਗਿਆ, ਅਪੋਲੋਜਾਈਜ਼, ਪਰ ਵੱਡੀ ਗੱਲ ਹੈ, ਬੜੀ ਸ਼ਰਮ ਵਾਲੀ ਗੱਲ ਹੈ, 18ਵੇਂ ਨੰਬਰ 'ਤੇ ਹੈ, ਬਹੁਤ ਸ਼ਰਮ ਵਾਲੀ ਗੱਲ ਹੈਗੀ ਹੈ। ਹਾਲੇ ਵੀ ਸਬਕ ਲੈ ਲਓ, ਭਾਵੇਂ ਗਰੀਬਾਂ ਦੇ ਬੱਚੇ ਹੀ ਪਰ ਪੜ੍ਹਾ ਜ਼ਰੂਰ ਦਿਓ, ਇਹ ਤੁਹਾਡਾ ਫਰਜ਼ ਬਣਦਾ, ਸਾਰਿਆਂ ਨੂੰ ਪੜ੍ਹਾਉਣਾ ਚਾਹੀਦਾ ਉੱਥੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਇਜਾਜ਼ਤ ਦਿਓ, ਧੰਨਵਾਦ।